ਖਾਲਕੂ ਤਾਂ ਅਸੀਂ ਸਾਰੇ ਹਾਂ ਕਿ ਅਸੀਂ ਖਾਲਕੂ ਦਾ ਹੁੰਦੇ ਅਸੀਂ ਇੱਥੇ ਬੈਠਾ ਨਹੀਂ ਹੋਣਾ ਸੀਗਾ ਪਰ ਮੈਂ ਆਪਣੇ ਆਪ ਨੂੰ ਇੰਡੀਅਨ ਨਹੀਂ ਸਮਝਦਾ ਕਿਉਂਕਿ ਸਾਡੇ ਉੱਪਰ ਕਿੰਨੀ ਬੇਇਨਸਾਫੀ ਹੋਈ ਆ ਸਾਡੇ ਮੁੰਡੇ ਚੱਕ ਚੱਕ ਕੇ ਮਾਰ ਦਿੱਤੇ ਕੋਈ ਇਨਸਾਫ ਨਹੀਂ ਹੋਇਆ ਬਜ਼ੁਰਗ ਮਾਵਾਂ ਉੱਥੇ ਆਉਂਦਾ ਗੱਡੀ ਨਹੀਂ ਆਪਣੇ ਪੁੱਤਾਂ ਨੂੰ ਜਿਹੜੇ ਪੁੱਤ ਡਿਸਅਪੀਅਰ ਕੀਤੇ ਗਏ ਜੇ ਰਵੀ ਸਿੰਘ ਨੇ ਪੈਸਾ ਰੱਖਣਾ ਹੋਵੇ ਖਾਣਾ ਹੋਵੇ ਮੈਂ ਤਾਂ ਇਕੱਲਾ ਕਰ ਸਕਦਾ ਸੀਗਾ ਤੁਸੀਂ ਇੱਕ ਵਾਰੀ ਦਿਖਾ ਦਿਓ ਤੁਹਾਨੂੰ ਅਸੀਂ ਚਿੱਠੀ ਕਦੀ ਪਾਈ ਆ ਵੀ ਸਾਨੂੰ ਪੈਸੇ ਦੇਵੋ ਸੰਸਥਾ ਚਿੱਠੀਆਂ ਪਾਉਂਦੀ ਰਹਿੰਦੀ ਵੱਡੇ ਵੱਡੇ ਔਰਗਨਾਈਜੇਸ਼ਨ ਨੂੰ ਅਤੇ ਸਾਨੂੰ ਪੈਸੇ ਦੇਵੋ ਤੁਸੀਂ ਉਹਨੂੰ ਦੇ ਰਹੇ ਹਾਂ ਸਾਨੂੰ ਥੋੜ੍ਹੇ ਅਸੀਂ ਅੱਜ ਤੱਕ ਕਿਸੇ ਨੂੰ ਕਿਹਾ ਦੁਨੀਆਂ ਦਾ ਦੁੱਖ ਦੇਖ ਦੇਖ ਦਿਲ ਦਬਦਾ ਦਬਦਾ ਜਾਂਦਾ ਅੰਦਰਲਾ ਪੰਘਰ ਵਗ ਤੁਰਦਾ ਨੈਣੋ ਨੀਰ ਵਹਾਂਦਾ ਫਿਰ ਵੀ ਦਰਦ ਨਾ ਘਟੇ ਜਗਤ ਦਾ ਚਾਹੇ ਆਪਾ ਵਾਰੋ ਪਰ ਪੱਥਰ ਨਹੀਂ ਬਣਿਆ ਜਾਂਦਾ ਦਰਦ ਦੇਖ ਦੁੱਖ ਆਉਂਦਾ ਮਨੁੱਖਤਾ ਦੀ ਸੇਵਾ ਜਿਨ੍ਹਾਂ ਦਿਲਾਂ ਦੇ ਵਿੱਚ ਹੋਵੇ ਉਹ ਪੱਥਰ ਨਹੀਂ ਬਣ ਸਕਦੇ ਅਜਿਹੀ ਸਮਰੱਥਾ ਗੁਰੂ ਸਾਹਿਬ ਨੇ ਖਾਲਸਾ ਏਡ ਨੂੰ ਬਖਸ਼ੀ ਹੈ ਜਿਸ ਦੀ ਸੇਵਾ ਦੇ ਵਿੱਚ ਵੀਰ ਰਵੀ ਸਿੰਘ ਅਤੇ ਉਹਨਾਂ ਦੀ ਸਾਰੀ ਵਲੰਟੀਅਰ ਟੀਮ ਦੁਨੀਆਂ ਭਰ 'ਚ ਸੇਵਾਵਾਂ ਕਰ ਰਹੀ ਹੈ ਅੱਜ ਇਹ ਵਿਸ਼ੇਸ਼ ਗੱਲਬਾਤ ਉਹਨਾਂ ਦੇ ਨਾਲ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਰਵੀ ਸਿੰਘ ਜੀ ਸਮੂਹ ਦਰਸ਼ਕਾਂ ਦੇ ਵੱਲੋਂ ਤੁਹਾਨੂੰ ਬੜੇ ਪਿਆਰ ਸਤਿਕਾਰ ਸਰ ਜੀ ਐਨ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਅੱਜ ਸੰਸਾਰ ਭਰ ਦੇ ਵਿੱਚ ਤੁਹਾਡੀਆਂ ਸੇਵਾਵਾਂ ਦੀ ਗੱਲ ਹੈ ਅਸੀਂ ਜਦੋਂ ਇਤਿਹਾਸ ਦੇਖਦੇ ਹਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਡੇ ਸਮੂਹ ਇਤਿਹਾਸ ਦੇ ਪਾਤਰ ਜਿਵੇਂ ਜਿਵੇਂ ਮਨੁੱਖਤਾ ਦੀ ਸੇਵਾ ਲਈ ਪ੍ਰੇਰਨਾ ਦਿੰਦੇ ਰਹੇ ਅੱਜ ਤੁਸੀਂ ਉਹਨਾਂ ਨਕਸ਼ੇ ਕਦਮਾਂ 'ਤੇ ਚੱਲ ਰਹੇ ਹੋ ਇਹ ਆਪਣੇ ਜੀਵਨ ਦੇ ਪਿਛੋਕੜ ਬਾਰੇ ਪੰਜਾਬ ਤੋਂ ਕਿਸ ਤਰੀਕੇ ਨਾਲ ਤੁਸੀਂ ਵਿਦੇਸ਼ 'ਚ ਆਏ ਅਤੇ ਇਹ ਸਫ਼ਰ ਸ਼ੁਰੂ ਕੀਤਾ ਜ਼ਰੂਰ ਇਸ ਬਾਰੇ ਜਾਣਕਾਰੀ ਦਿਓ ਜੀ ਸਾਢੇ 11 ਸਾਲ ਦਾ ਸੀਗਾ ਆਪਣਾ ਪਿੰਡ ਛੱਡ ਕੇ ਇੰਗਲੈਂਡ ਤੁਰੇ ਸੀਗੇ ਅਤੇ ਪਿੰਡ ਸਾਡਾ ਹੁਸ਼ਿਆਰਪੁਰ ਜ਼ਿਲ੍ਹੇ 'ਚ ਮੁੰਡੀਆਂ ਜੱਟਾਂ ਅਤੇ ਸਾਡਾ ਸਾਰਾ ਬਚਪਨ ਪਿੰਡ ਦੇ ਵਿੱਚ ਹੀ ਆ ਨਿੱਕਾ ਜਿਹਾ ਪਿੰਡ ਆ ਅਤੇ ਬਹੁਤ ਪਿਆਰ ਪਿੰਡ ਦੇ ਵਿੱਚ ਅਤੇ ਜੋ ਮੇਰਾ ਖਿਆਲ ਜਿਹੜਾ ਤੁਹਾਨੂੰ ਪਤਾ ਵੀ ਜਿਹੜਾ ਭਾਈ ਬਚਪਨ ਪਿੰਡ ਦਾ ਹੁੰਦਾ ਕਿਤੇ ਮਿਲਦਾ ਨਹੀਂ ਗਾ ਸੋ ਅਸੀਂ ਆਪਣੇ ਨੂੰ ਕਾਫੀ ਕਿਸਮਤ ਸਮਝਦੇ ਵੀ ਸਾਡਾ ਬਚਪਨ ਇੱਕ ਨਿੱਕੇ ਜਿਹੇ ਪੰਜਾਬ ਦੇ ਪਿੰਡ 'ਚ ਸੀਗੇ ਸੋ ਜੋ ਪਿੰਡ 'ਚ ਸਿੱਖਿਆ ਫਿਰ ਇੰਗਲੈਂਡ ਆ ਗਏ ਅਤੇ ਇੰਗਲੈਂਡ ਆ ਕੇ ਕੀ ਕਹਿੰਦੇ ਹੁੰਦੇ ਭਾਈ ਮੁੰਡੇ ਵਿਗੜ ਜਾਂਦੇ ਕਿੱਦਾਂ ਅਸੀਂ ਵਿਗੜ ਗਏ ਅਤੇ ਜ਼ਿਆਦਾ ਵਿਗੜ ਗਏ ਸੀ ਐਕਚੁਲੀ ਅਤੇ ਜਿਹੜਾ ਪਿਛੋਕੜ ਸਾਡਾ ਇੱਦਾਂ ਦਾ ਨਿਕਲਿਆ ਭਾਈ ਰੰਗ ਬਿਰੰਗਾ ਜੋ ਅੰਗਰੇਜ਼ੀ ਸਿੱਖ ਲਈ ਤਾਂ ਫਿਰ ਭਾਈ ਕਹੋ ਉਹ ਬਣ ਗਿਆ ਜਿਹੜੀ ਚੀਜ਼ ਭਾਈ ਤੁਸੀਂ ਪ੍ਰੇ ਕਰਦੇ ਵਿਸ਼ ਕਰਦੇ ਵੀ ਤੁਹਾਡੇ ਮੁੰਡੇ ਦਾ ਬਣ ਸੋ ਪਰ ਜਦੋਂ 96-97 ਦੇ ਵਿੱਚ ਤਾਂ ਮੈਂ ਇੱਕ ਕਿਤਾਬ ਲਈ ਸੀ ਕਿਸੋਂ ਪਰ ਨਹੀਂ ਦਿੱਤੀ ਮੈਨੂੰ ਫਿਰ ਗਿਫਟ ਦਿੱਤੀ ਮਤਲਬ ਲਈ ਮੈਂ ਕਿਤਾਬ ਦੇਖਦਾ ਸੀਗਾ ਉਹਦੇ ਵਿੱਚ ਨਿੱਕੀ ਨਿੱਕੀਆਂ ਫੋਟੋਆਂ ਸੀਗੀਆਂ ਜਿਹੜੇ ਭਾਈ ਨੌਜਵਾਨ ਜਿਹੜੇ ਪੰਜਾਬ 'ਚ ਮਿਸਿੰਗ ਸੀ ਜਾਂ ਡਿਸਅਪੀਅਰ ਕੀਤੇ ਜਾਂ ਝੂਠੇ ਮੁਕਾਬਲੇ ਵਰਗੇ ਝੂਠੇ ਮੁਕਾਬਲੇ 'ਚ ਮਾਰੇ ਗਏ ਤਾਂ ਉਹ ਮੈਂ ਅਚਾਨਕ ਹੀ ਬੁੱਕ ਖੋਲ੍ਹੀ ਤਾਂ ਉੱਤੇ ਇੱਕ ਫੋਟੋ ਦੀਆਂ ਅੱਖਾਂ ਪਛਾਣ ਲਈਆਂ ਮੈਂ ਅਤੇ ਉਹ ਮੇਰੇ ਬਚਪਨ ਦਾ ਫਰੈਂਡ ਸੀਗਾ ਮੇਰਾ ਭਰਾ ਕਹਿ ਲਓ ਭਰਾ ਹੀ ਕਹਿੰਦੇ ਸਾਡਾ ਅਸੀਂ ਇੱਦਾਂ ਇਕੱਠੇ ਸੀਗੇ ਦਿਨ ਦਿਹਾੜੀ ਤਾਂ ਮੈਂ ਤਾਂ ਪੰਜਾਬ ਉੱਠ ਕੇ ਗਿਆ ਨਹੀਂ 81 ਮਗਰੋਂ ਸੋ ਮੈਂ ਜਦੋਂ ਦੇਖਿਆ ਲਿਖਿਆ ਭਾਈ 89 'ਚ ਉਹਨੂੰ ਜਿੱਦਾਂ ਭਾਈ ਮਾਰਤਾ ਸੀਗਾ ਪੁਲਿਸ ਨੇ ਸੋ ਉਸ ਰਾਤੋਂ ਰਾਤ ਮੈਂ ਫੋਨ ਕੀਤਾ ਆਪਣੀ ਮਾਂ ਨੂੰ ਮੈਂ ਕਿਹਾ ਉਹ ਚੰਨੀ ਨੂੰ ਪੁਲਿਸ ਨੇ ਮਾਰ ਦਿੱਤਾ ਕਿ ਉਹ ਤਾਂ 89 ਦੀ ਗੱਲ ਹੈ ਤੂੰ ਤਾਂ ਵੱਡਾ ਗੋਰਾ ਬਣਿਆ ਫਿਰ ਤਾਂ ਤੈਨੂੰ ਕੀ ਆ ਅਤੇ ਫੋਨ ਰੱਖ ਦਿੱਤਾ ਅਤੇ ਗੱਲ ਵੀ ਠੀਕ ਸੀਗੀ ਮੈਂ ਤਾਂ ਬਿਲਕੁਲ ਸਾਰਾ ਭੁੱਲ ਗਿਆ ਸੀਗਾ ਅਤੇ ਕਲੀਨ ਸ਼ੇਵਨ ਸੀਗਾ ਅਤੇ ਸਾਰਾ ਕੁਛ ਕਰਦਾ ਸੀ ਉਸ ਵੇਲੇ ਜਿਹੜਾ ਨਹੀਂ ਕਰਨਾ ਚਾਹੁੰਦੇ ਸੋ ਕਰਨਾ ਚਾਹੀਦਾ ਸੋ ਬੜੀ ਸੱਟ ਲੱਗੀ ਪਈ ਮੈਂ ਇੰਗਲੈਂਡ ਜਾ ਕੇ ਐਸ਼ਾ ਮਾਰਦਾ ਐਸ਼ਾ ਕਰਦਾ ਤਾਂ ਮੇਰਾ ਜਿਹੜਾ ਦੋਸਤ ਆ ਬਚਪਨ ਅਸੀਂ ਕਿੱਦਾਂ ਇਕੱਠੇ ਹੁੰਦੇ ਸੀਗੇ ਮੈਂ ਸਾਰਾ ਚੇਤਾ ਭੁੱਲ ਗਿਆ ਅਤੇ ਉਹਨੂੰ ਜਦੋਂ ਪਤਾ ਲੱਗਾ ਉਹਨੂੰ 5 ਪੁਲਿਸ ਸਟੇਸ਼ਨ 'ਤੇ ਟੋਰਚਰ ਕੀਤਾ ਸੀ ਪਹਿਲਾਂ ਫਿਰ ਉਹਦੀ ਗੋਲੀ ਮਾਰਤੀ ਤਾਂ ਕਹਿਤਾ ਸੀਗਾ ਭਈ ਮੁਕਾਬਲਾ ਹੋਇਆ ਝੂਠਾ ਮੁਕਾਬਲਾ ਬਣਾ ਸੀ ਉਹਦਾ ਰਾਤੋਂ ਰਾਤ ਫਿਰ ਮੈਂ ਦੂਜੇ ਦਿਨ ਸਾਫਾ ਬੰਨ ਕੇ ਚੱਲ ਗਿਆ ਕੰਮ 'ਤੇ ਸਾਰੇ ਗੋਰੇ ਦੇਖਣ ਮੇਰੇ ਦੋਸਤ ਇਹਨੂੰ ਕੀ ਹੋ ਗਿਆ ਅਸੀਂ ਤਾਂ ਬੜੇ ਕਲੀਨ ਸ਼ੇਵ ਕਰਕੇ ਸ਼ਕੀਮ ਸ਼ਕੂਨ ਬਣ ਕੇ ਤੁਰਨਾ ਫਿਰਨਾ ਕਿਹਦੀ ਪਰਵਾਹ ਨਹੀਂ ਅਤੇ ਉਹਦੀ ਸੱਟ ਬਹੁਤ ਲੱਗੀ ਮੈਨੂੰ ਪੈ ਉਸ ਵੇਲੇ ਇੰਨੇ ਸਮੇਂ 'ਚ ਦਾੜੇ ਖੁੱਲ੍ਹੇ ਅਤੇ ਪੱਗਾਂ ਨੌਜਵਾਨ ਚੱਕ ਚੱਕ ਕੇ ਮਰੀ ਜਾਂਦੇ ਤਾਂ ਮੈਂ ਇੱਥੇ ਇੱਕ ਵਾਰ ਕਲੀਨ ਸ਼ੇਵ ਬੈਠਾ ਉਹਨੇ ਫਿਰ ਜ਼ਿੰਦਗੀ ਬਦਲ ਦਿੱਤੀ ਚੰਨੀ ਨੇ ਮੈਨੂੰ ਆਪਣੇ ਤੋਂ ਬਚਾਇਆ ਉਹਨੇ ਜਿੱਦਾਂ ਜਿਹੜੇ ਕੰਮ 'ਚ ਅਸੀਂ ਪਏ ਸੀ ਉਸ ਵੇਲੇ ਸੋ ਫਿਰ ਜਿਹੜੀ ਸਾਰੀ ਐਨਰਜੀ ਸੀਗੀ ਜਿਹੜੀ ਬਹੁਤ ਮਾੜੀ ਕੰਮ ਆ ਜਾ ਰਹੀ ਇੱਧਰ ਆ ਗਈ ਸੋ ਰਾਤੋਂ ਰਾਤ ਇੱਧਰ ਆ ਗਈ ਫਿਰ 1-2 ਸਾਲ ਦੇ ਵਿੱਚ ਖਾਲਸਾ ਲਾਂਚ ਕਰ ਦਿੱਤੀ ਅੱਛਾ ਜੀ ਪਰ ਇਹ ਜਵਾਬ ਦੁਨੀਆਂ ਨੂੰ ਇਹ ਭਾਈ 1999 ਵਿੱਚ 300 ਸਾਲਾਂ ਮਨਾਉਂਦੇ ਸੀਗੇ ਖਾਲਸੇ ਦਾ ਭਾਈ ਖਾਲਸੇ ਦਾ ਮਤਲਬ ਕੀ ਆ ਸਿੱਖਾਂ ਦਾ ਮਤਲਬ ਕੀ ਆ ਸਰਬੱਤ ਦੇ ਮਤਲਬ ਕੀ ਆ ਅਸੀਂ ਨਗਰ ਕੀਰਤਨ ਵੱਡੇ ਵੱਡੇ ਮਨਾ ਰਹੇ ਸੀ ਉਸ ਵੇਲੇ
ਯੂਰਪ 'ਚ ਲੜਾਈ ਲੱਗੀ ਸੀਗੀ, ਕਿਉਂ ਨਹੀਂ ਖਾਣਾ ਉੱਥੇ ਲੈ ਕੇ ਜਾਈਏ ਜਿੱਥੇ ਲੋੜ ਆ। ਇਹ ਹਿਸਟਰੀ ਖਾਲਸਾ ਸਾਈਡ ਦੀ ਆ, ਪਰ ਅਸੀਂ ਜੋ ਸਾਡੇ ਉੱਪਰ ਹੋਇਆ, ਸਾਡੇ ਭਰਾ ਨੂੰ ਮਾਰਿਆ ਚੱਕ ਚੱਕ ਕੇ, ਪਰ ਅਸੀਂ ਨਫ਼ਰਤ ਨਹੀਂ ਰਹਿੰਦੇ ਕਿਸੇ ਨਾਲ, ਨਫ਼ਰਤ ਨਹੀਂ। ਅਸੀਂ ਦੁਨੀਆ ਵੀ ਬਦਲੀ ਆ, ਖਾਲਸਾ ਵੀ ਪਿਆਰ ਨਾਲ ਬਦਲੀ ਆ। ਸੋ ਨਫ਼ਰਤ ਰਹਿ ਕੇ ਤੁਸੀਂ ਨਫ਼ਰਤ 'ਚ ਹੀ ਰਹਿਣਾ ਸੀਗਾ। ਸੋ ਜੋ ਅੱਜ ਕੱਲ੍ਹ ਕਰ ਰਹੇ ਅਸੀਂ, ਸਾਡੇ ਚਰਨਜੀਤ ਸਿੰਘ ਚੰਨੀ ਪਿੰਡ ਮੁੰਡੀਆਂ ਜੱਟਾਂ, ਉਹਦੇ ਸ਼ਹੀਦੀ ਕਰਕੇ ਹੋ ਰਿਹਾ ਸਾਰਾ ਕੁਛ, ਨਿੱਕੇ ਜਿਹੇ ਪਿੰਡ 'ਚ ਸੀਗਾ ਉਹ। ਸੋ ਉਹੀ ਆ ਭਈ, ਅਸੀਂ ਜੇ ਦੁਨੀਆ ਬਦਲਣੀ ਆ, ਅਸੀਂ ਸੇਵਾ ਵਿੱਚੋਂ ਬਦਲ ਸਕਦੇ ਹਾਂ, ਕੋਈ ਕੰਡੀਸ਼ਨ ਸਾਡੀ ਨਹੀਂ। ਅਸੀਂ ਨਹੀਂ ਕਹਿੰਦੇ ਸਿੱਖ ਬਣੋ, ਇਹ ਕਰੋ, ਉਹ ਸਾਨੂੰ ਪੁੱਛਦੇ ਜਿੱਥੇ ਵੀ ਸੇਵਾ ਕਰੀ ਦੀ, ਉਹ ਤੁਸੀਂ ਕੌਣ ਆ, ਕਿੱਥੋਂ ਆਏ ਆ, ਤੁਸੀਂ ਇੰਨੀ ਸੇਵਾ ਕਰਦੇ, ਸਾਨੂੰ ਦੱਸਦੇ ਵੀ। ਉਹ ਸਾਡੇ ਬਾਰੇ ਪੜ੍ਹਦੇ, ਇਰਾਕ ਜਾ ਕੇ ਦੇਖੋ, 2014 ਲੱਗੇ, ਹੁਣ 5 ਸਾਲ ਹੋ ਗਿਆ, ਜਿੱਥੇ ਇੰਨਾ ਵੱਡਾ ਜੰਗ ਲੱਗਾ ਆਈਸਿਸ ਦਾ, ਪੱਗਾਂ ਦਾੜੀਆਂ ਤੋਂ ਦੌੜ ਰਹੇ ਸੀ ਲੋਕ, ਉੱਧਰ ਅਸੀਂ ਖੜ੍ਹੇ ਪੱਗਾਂ ਦਾੜੀਆਂ ਬੰਨ ਕੇ, ਜਿੱਥੋਂ ਉਹ ਆਇਆ ਉਹ ਸਾਡੇ ਵੱਲ ਆ ਰਹੇ, ਉਹ ਜਿਹੜੇ ਬਜ਼ੁਰਗ ਸੀ ਡਰ, ਕਹਿੰਦੇ ਕੌਣ ਆ। ਸੋ ਜਿਹੜੀ ਖਾਲਸੇ ਦਾ ਮਤਲਬ ਇਹ ਭਈ, ਅਸੀਂ ਆਪਣੀ ਜਿਹੜੀ ਨਿਸ਼ਾਨੀ ਭੁੱਲ ਗਏ ਦੁਨੀਆ ਦੇ, ਯੂਨਾਈਟਿਡ ਨੇਸ਼ਨ ਦੀ ਸਾਡੀ ਪਹਿਲਾਂ ਨਿਸ਼ਾਨੀ ਇੱਕ, ਸਾਡੀ ਗੁਰੂ ਨੇ ਇੱਕ ਨਿਸ਼ਾਨ ਸਾਨੂੰ ਦਿੱਤੀ ਆ, ਉਹ ਮੈਂ ਵੀ ਭੁੱਲ ਗਿਆ। ਸੋ ਇੱਧਰ ਖਾਲਸੇ ਦਾ ਮਤਲਬ ਇਹ ਹੀ ਆ ਭਈ, ਇਹ ਵੀ ਪੈਦਾ ਹੋਈ ਖਾਲਸਾ, ਭਈ ਅਸੀਂ ਦੁਨੀਆ ਦੇ ਵਿੱਚ ਇੱਕ ਚੀਜ਼ ਦੇਈਏ, ਇੱਕ ਤੋਹਫ਼ਾ ਦੇਈਏ। ਸੋ 300 ਸਾਲ 1999 ਵਿੱਚ ਖਾਲਸਾ ਏਡ ਸ਼ੁਰੂ ਕੀਤੀ ਗਈ, ਇੱਕ ਦੁਨੀਆ ਨੂੰ ਬਹੁਤ ਵੱਡਾ ਤੋਹਫ਼ਾ ਦਿੱਤਾ ਗਿਆ, ਭਈ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ, ਜਿੱਥੇ ਵੀ ਕੋਈ ਹਾਦਸਾ, ਜਿੱਥੇ ਕੋਈ ਜੰਗ ਆ, ਜਿੱਥੇ ਕੋਈ ਰਿਫਿਊਜੀ ਆ, ਉੱਥੇ ਅਸੀਂ ਖਾਲਸੇ ਝੰਡੇ ਕੱਢਿਓ, ਅਤੇ ਨਾ ਤੁਹਾਡੀ ਅਸੀਂ ਮੋਢੇ 'ਚ ਮੋਢੇ ਜੋੜ ਕੇ, ਸਾਨੂੰ ਕੋਈ ਧਰਮ ਨਹੀਂ ਦਿਸਦਾ, ਸਾਨੂੰ ਇਨਸਾਨ ਦਿਸਦੇ, ਕਿੱਦਾਂ ਪਾਇਕ ਨਹੀਂ ਆ ਜੀ। ਸੋ ਇਹ ਹੀ ਮਿਸ਼ਨ ਖਾਲਸਾ ਦੀ ਆ, ਕੋਈ ਡਿਫਰੈਂਟ ਚੀਜ਼ ਨਹੀਂ। ਅਸੀਂ ਰੀਇਗਨਾਈਟ ਕੀਤਾ, ਉਹੀ ਸ਼ੁਰੂ ਕੀਤੀ ਮੁੜ ਕੇ ਗੱਲ, ਜੋ ਭਾਈ ਕਢਾਈਆ ਨੇ ਕੀਤੀ, ਜੋ ਸਾਡੇ ਗੁਰੂ ਨੇ ਦੱਸਿਆ। ਸੋ ਇੱਕ ਨਵੀਂ ਗੱਲ ਨਹੀਂ ਗੀ, ਅਸੀਂ ਜੋ ਇੰਸਪੀਰੇਸ਼ਨ ਲਈ ਸਾਡੇ ਗੁਰੂਆਂ ਤੋਂ ਆਈ। ਤੁਸੀਂ ਸਭ ਗੱਲਾਂ ਜਿਹੜੀਆਂ ਆਪਣੇ ਜੀਵਨ ਦੀਆਂ ਘਟਨਾਵਾਂ, ਤਬਦੀਲੀ ਜੋ ਬਦਲ ਆਇਆ, ਉਸਨੂੰ ਬੜੇ ਵਿਸਥਾਰ 'ਚ ਬਿਆਨ ਦਿੱਤਾ। ਰਵੀ ਸਿੰਘ ਜੀ, ਛੋਟੀਆਂ ਛੋਟੀਆਂ ਗੱਲਾਂ ਇਹਨਾਂ ਦੇ ਵਿੱਚੋਂ ਹੀ ਹੈ ਕਿ ਇੱਕ ਕਲੀਨ ਸ਼ੇਵਨ ਜਾਂ ਇੱਕ ਉਹ ਇਨਸਾਨ ਜਿਸ ਨੂੰ ਆਪਣੇ ਵਿਰਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਉਸਦੇ ਜੀਵਨ 'ਚ ਇੱਡੀ ਵੱਡੀ ਤਬਦੀਲੀ ਹੋ ਸਕਦੀ ਅਤੇ ਉਹ ਅੱਜ ਦੁਨੀਆ ਲਈ ਇੱਕ ਰਹਿਨੁਮਾ ਬਣ ਸਕਦਾ। ਸੋ ਇਹਦਾ ਮਤਲਬ ਜਿਹੜੀ ਅੱਜ ਦੀ ਪੀੜ੍ਹੀ ਆਪਣੇ ਵਿਰਸੇ ਤੋਂ ਟੁੱਟੀ ਹੋਈ ਆ, ਤੁਹਾਡੇ ਦੇ ਜੀਵਨ ਦੀ ਉਦਾਹਰਨ ਲਈ ਜਿਹੜੇ ਕਹਿੰਦੇ ਕਿ ਅਸੀਂ ਤਾਂ ਬਹੁਤ ਪਿੱਛੇ ਰਹਿ ਗਏ, ਅਸੀਂ ਕੀ ਕਰ ਸਕਦੇ ਹਾਂ, ਉਹਨਾਂ ਦੇ ਵਾਸਤੇ ਕੀ ਤੁਸੀਂ ਕਹਿਣਾ ਚਾਹੋਗੇ? ਮੇਰਾ ਖਿਆਲ, ਜਿੱਦਾਂ ਅਸੀਂ ਆਪਣੇ ਨੂੰ ਪ੍ਰਚਾਰਕ ਨਹੀਂ ਕਹਿੰਦੇ, ਕਿਉਂਕਿ ਅਸੀਂ ਪ੍ਰਚਾਰਕ ਨਹੀਂ ਗਏ, ਅਸੀਂ ਚੰਗੇ ਸਿੱਖ ਵੀ ਨਹੀਂ ਕਹਿੰਦੇ। ਇੱਕ ਅਸੀਂ ਆਈਡੀਆ ਦੁਨੀਆ 'ਤੇ ਪੈਦਾ ਕੀਤਾ ਭਾਈ, ਅਸੀਂ ਕੋਈ ਬਣਾਈਏ ਚੀਜ਼, ਸਿੱਖਾਂ ਦੀ ਕੋਈ ਇੰਸਟੀਟਿਊਸ਼ਨ। ਹੁਣ ਜਿੱਦਾਂ ਪੰਜਾਬ, ਅਸੀਂ ਕਹਿੰਦੇ ਹਰ ਵਾਰੀ ਪੰਜਾਬ ਫੀਮਾਂ 'ਚ ਪਏ ਹੋ, ਮੁੰਡੇ ਸ਼ਰਾਬਾਂ 'ਚ ਪਏ, ਪਰ ਹੁਣ ਜਿਹੜੇ ਹੜ ਆਏ ਆ, ਹੜ੍ਹ ਦੇ ਵਿੱਚ ਨੌਜਵਾਨ ਵਰੇ ਹੋਏ ਪੰਜਾਬ ਦੇ, ਸੰਸਥਾ ਜਿੰਨੀਆਂ ਮਰਜ਼ੀ ਹੋਣ, ਸੰਸਥਾ ਦੀ ਸੇਵਾ ਵਰਕ ਕੌਣ ਬਣੇ? ਨੌਜਵਾਨ ਬਣੇ। ਸਾਡੇ ਖਾਲਸਾ ਸਾਈਡ ਦੇ 600-700 ਮੁੰਡਾ ਮੂਹਰੇ ਹੋਇਆ, ਮੁੰਡੇ ਕੁੜੀਆਂ ਇੱਕਦਮ ਹੜ੍ਹ ਤੋਂ ਘੰਟੇ ਦੋ ਘੰਟੇ ਵਿੱਚ ਉਹ ਤਿਆਰ ਹੋ ਗਿਆ, ਇਕੱਲੇ ਇਕੱਲੇ ਇਲਾਕੇ ਜਾ ਕੇ ਬੰਨ ਰਿਪੇਅਰ ਕਰਨ ਲੱਗ ਪਏ, ਖਾਣਾ ਪੀਣਾ ਬਣਨ ਲੱਗ ਪਏ, ਵੋਟ ਲੈ ਲਏ, ਬਚਾਉਣ ਲੱਗ ਪਏ। ਸੋ ਜਿਹੜੀ ਭਈ ਨੌਜਵਾਨ ਪੀੜ੍ਹੀ ਆ, ਜਿਹੜੇ ਅਸੀਂ ਉਹ ਵਿਛੜੇ ਨਹੀਂ ਗਏ, ਪਰ ਅਸੀਂ ਮੇਰੇ ਖਿਆਲ ਆਪਣੀ ਹਿਸਟੋਰਿਕ ਤੌਰ 'ਤੇ ਐਜੂਕੇਸ਼ਨ, ਅਸੀਂ ਕਈ ਡਰਦੇ ਹਾਂ ਜਾਂ ਉੱਦਾਂ ਇੰਟੈਂਸ਼ਨਲੀ ਆਪਣੀ ਹਿਸਟਰੀ ਪੜ੍ਹਾ ਰਹੇ। ਹੁਣ ਦੇਖੋ, ਜੇ ਤੁਸੀਂ ਕਹੋ ਵੀ ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਉਹ ਤੁਸੀਂ ਗੱਲ ਨਹੀਂ ਕਰਦਾ ਪੰਜਾਬ ਨਾਲ ਕੋਈ ਇੰਡੀਆ ਪੜ੍ਹਾਈ ਲਿਖਾਈ ਦੇ ਵਿੱਚ, ਤੁਹਾਡੀ ਬਹੁਤ ਵੱਡੇ ਵੱਡੇ ਸਾਡੇ ਸਿੱਖ ਹਿਸਟਰੀ ਦੇ ਜਿਹੜੇ ਭਈ ਜਰਨੈਲ ਨਿਕਲੇ, ਉਹਦਾ ਕੋਈ ਲਾਉਂਦਾ ਨੀਗਾ, ਸਾਡੀ ਹਿਸਟਰੀ ਮਿਟਾ ਰਹੇ ਆ। ਸੋ ਜਦੋਂ ਆਪਣੀ ਹਿਸਟਰੀ ਦੱਸਦੇ ਕਿਸੇ ਨੌਜਵਾਨ ਨੂੰ, ਉਹ ਫਿਰ ਆਪੇ ਇੱਧਰ ਆਉਂਦਾ, ਕਿਉਂਕਿ ਉਹ ਹਿਸਟਰੀ ਬਹੁਤ ਸਾਨੂੰ ਜੋਸ਼ ਦਿੰਦੀ ਆ, ਸਾਨੂੰ ਪਿਆਰ ਦਿੰਦੀ, ਸਾਨੂੰ ਬਹੁਤ ਮੋਟੀਵੇਸ਼ਨ ਦਿੰਦੀ ਆ। ਰਵੀ ਸਿੰਘ ਜੀ, ਤੁਹਾਡਾ ਜੀਵਨ ਬੋਲ ਰਿਹਾ, ਉਸ ਦੇ ਵਿੱਚੋਂ ਮਿਸਾਲਾਂ ਮਿਲ ਰਹੀਆਂ ਨੇ, ਪਰ ਤੁਸੀਂ ਇੰਨੀ ਨਿਰਪੱਖਤਾ ਦੇ ਨਾਲ ਕੰਮ ਕਰ ਰਹੇ ਹੋ, ਨਾ ਸਿੱਖ, ਨਾ ਮੁਸਲਮਾਨ, ਨਾ ਹਿੰਦੂ, ਈਸਾਈ, ਕੁਝ ਨਹੀਂ ਦੇਖਦੇ, ਫਿਰ ਵੀ ਜਦੋਂ ਤੁਸੀਂ ਇੰਡੀਆ ਦੇ ਵਿੱਚ ਕੰਮ ਕਰ ਰਹੇ ਹੋ, ਕਈ ਵਾਰੀ ਵਿਰੋਧਤਾਵਾਂ ਸ਼ੁਰੂ ਹੋ ਜਾਂਦੀਆਂ, ਕਈ ਆਲੋਚਨਾਵਾਂ ਸ਼ੁਰੂ ਹੋ ਜਾਂਦੀਆਂ, ਕਈ ਰੁਕਾਵਟਾਂ ਖੜੀਆਂ ਕੀਤੀਆਂ ਜਾਂਦੀਆਂ, ਕਿਉਂ? ਜਿੱਦਾਂ ਹਰ ਦੇਸ਼ਾਂ ਪ੍ਰਦੇਸ਼ਾਂ 'ਚ ਅਸੀਂ ਕੰਮ ਕਰਦੇ ਹਾਂ, ਸੇਵਾ ਚੱਲਦੀ ਆ, ਖਾਲਸਾ ਦੀ ਤੁਰਕੀ, ਲੈਬਨਨ, ਇਰਾਕ, ਮਲਾਵੀ, ਜ਼ੈਂਬੀਆ, ਹੈਟੀ, ਕੈਨੀਆ, ਬੰਗਲਾਦੇਸ਼, ਪੰਜਾਬ ਭਰ ਚੱਲਦੀ ਸੇਵਾ। ਪਰ ਜਦੋਂ ਤੁਸੀਂ ਦੇਸ਼ਾਂ ਦੇ ਵਿੱਚ ਕੰਮ ਕਰਦੇ ਹੋ, ਉੱਥੇ ਰਿਸਟ੍ਰਿਕਸ਼ਨ ਹੁੰਦੀਆਂ, ਹਰ ਦੇਸ਼ਾਂ ਪ੍ਰਦੇਸ਼ਾਂ ਦੀਆਂ ਆਪਣੇ ਕਾਨੂੰਨ ਹੁੰਦੇ ਆ। ਇੰਡੀਆ ਦੇ ਕਾਨੂੰਨ ਬਹੁਤ ਸਖਤ ਆ ਬਾਹਰਲੇ ਸੱਚਾ ਸੇਵਾਦੀਆਂ ਦੇ, ਉਹਨੂੰ ਸਾਨੂੰ ਰਿਸਪੈਕਟ ਕਰਨਾ ਪੈਣਾ, ਉਹ ਚੇਂਜ ਨਹੀਂ ਕਰ ਸਕਦੇ ਅਸੀਂ, ਉਹ ਤਾਂ ਗੱਲ ਇੱਕ ਹੋਰ ਹੁੰਦੀ ਆ। ਦੂਜੀ ਗੱਲ ਹੁੰਦੀ ਜਿਹੜੀ ਈਰਖਾ, ਜਲਸੀ, ਸਾਨੂੰ ਆਪਣੇ ਜ਼ਿਆਦਾ ਖਿੱਚਦੇ ਆ, ਸਰਕਾਰਾਂ ਦਾ ਇਲਜ਼ਾਮ ਆਉਣਾ ਇੱਕ ਪਾਸੇ ਹੋਰ ਹੁੰਦਾ,
ਸਾਡੀ ਜਿਹੜੀ ਮੁਸ਼ਕਲ ਆਉਂਦੀ ਆ ਜਦੋਂ ਭਾਈ ਲੱਤਾਂ ਆਪਣੇ ਖਿੱਚਣ ਵਾਲੇ ਜ਼ਿਆਦਾ ਹੁੰਦੇ ਆ। ਸੋ ਸਰਕਾਰਾਂ ਦੇ ਸਿਸਟਮ ਜਿੱਦਾਂ ਹੁਣ ਅਮਰਪ੍ਰੀਤ ਸਿੰਘ ਹੋਣੀ ਪੰਜਾਬ ਦੂਸਰਾ ਤੜੀ ਦਾ ਕੰਮ ਕਰ ਰਿਹਾ, ਬਹੁਤ ਬਹੁਤ ਸਾਹਮਣਾ ਕਰਨਾ ਪਿਆ। ਡੈਥ ਫੈਸ ਉਹਨੂੰ ਆਏ, ਉੱਥੇ ਰਹਿੰਦਾ ਮੁੰਡਾ, ਚੜ੍ਹਦੀ ਕਲਾ ਸਾਡਾ ਸੱਜਾ ਹੱਥ ਕਹਿ ਲਓ, ਉਹਨੂੰ ਬਹੁਤ ਹੀ ਸਖ਼ਤ ਸਮਾਂ ਆਇਆ ਉਹਦੇ ਉੱਪਰ। ਪਰ ਧਮਕੀਆਂ ਧੁਮਕੀਆਂ ਆਪਣੇ ਦਿੱਤੀਆਂ, ਜਿਹੜਾ ਸਿਸਟਮ ਆ ਉਹਦਾ ਤੁਸੀਂ ਟੈਕਲ ਕਰ ਸਕਦੇ ਆ ਭਾਈ। ਪੜ੍ਹੇ ਲਿਖੇ ਮੁੰਡੇ ਆ, ਉਹ ਸਿਸਟਮ ਵਿੱਚ ਕਿੱਦਾਂ ਕੰਮ ਕਰਨਾ, ਕੀ ਰਿਸਟ੍ਰਿਕਸ਼ਨ ਆ, ਕੀ ਫੋਰਮ ਭਰਨੇ। ਪਰ ਜਿਹੜੀ ਤੁਹਾਨੂੰ ਤੁਸੀਂ ਈਰਖਾ ਜਲਸੀ ਆ ਉਹਦਾ ਕੰਮ ਕਰਨਾ, ਉਹਦਾ ਕੋਈ ਨਤੀਜਾ ਕੱਢਣਾ ਬਹੁਤ ਔਖਾ ਹੁੰਦਾ। ਉਹ ਤਾਂ ਤੁਹਾਨੂੰ ਪਤਾ ਸਾਡਾ ਫੈਸ਼ਨ ਬਣ ਗਿਆ ਭਾਈ ਇੱਕ ਦੂਜੇ ਥੱਲੇ ਖਿੱਚਣਾ। ਆਹ ਜਿਹੜੀ ਚੀਜ਼ ਆ ਉਹਦੇ 'ਚ ਮੈਂ ਦੇਖ ਰਿਹਾ ਸੀ, ਤੁਸੀਂ ਜਿੰਨਾ ਕੰਮ ਕਰ ਰਹੇ ਹੋ, ਕਈ ਇਸ ਤਰ੍ਹਾਂ ਦੇ ਕਈ ਖਬਰਾਂ ਫੈਲਾਈਆਂ ਜਾਂਦੀਆਂ ਕਿ ਖਾਲਸਾ ਏਡ ਵਾਲੇ ਕੋਈ ਹਿਸਾਬ ਨਹੀਂ ਦਿੰਦੇ, ਕੋਈ ਉਹਨਾਂ ਦਾ ਡਿਟੇਲਸ ਨਹੀਂ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹਦੀਆਂ ਪੂਰੀਆਂ ਡਿਟੇਲ ਜੇ ਕਿਸੇ ਨੇ ਜਾਣਨੀਆਂ ਹੋਣ ਜਾਂ ਵਿਸਤਾਰ ਜਾਣਨਾ ਹੋਵੇ, ਇਹਦਾ ਜਿਹੜਾ ਆਪਣਾ ਦਸਤਾਵੇਜ਼ ਤੁਹਾਡਾ ਪਰੂਫ ਹੈ ਉਹਦੇ ਬਾਰੇ ਦੱਸੋ। ਨਹੀਂ ਜਿੱਦਾਂ ਹੁਣ ਕਈ ਵਾਰੀ ਤੁਹਾਨੂੰ ਮਿਸਗਾਈਡ ਕਰਨ ਲਈ ਖਬਰਾਂ ਛਪਾਈ ਜਾਂਦੀਆਂ, ਹੁਣ ਰੀਸੈਂਟਲੀ ਕਿਸੇ ਨੇ ਸਿਡਨੀ ਤੋਂ ਇੱਕ ਗਲਤ ਖਬਰ ਦਿਖਾਈ ਜੀ ਪੇਪਰ ਦੇ ਵਿੱਚ, ਭਾਈ ਖਾਲਸਾ ਏਡ ਜਿਹੜਾ ਹਿਸਾਬ ਆ ਬੰਗਲਾਦੇਸ਼ ਦਾ ਉਹਨੇ ਕੁਛ ਦੱਸਿਆ ਨੀਗਾ ਨਾ, ਲਿਖਿਆ ਆਪਣੇ ਰਿਕਾਰਡ ਦੇ ਅਕਾਊਂਟ ਦੇ ਵਿੱਚ। ਐਕਚੁਲੀ ਮੈਂ ਫਿਰ ਫੇਸਬੁੱਕ ਲਾਈਵ ਕੀਤਾ, ਮੈਂ ਦਿਖਾ ਲਿਆ। ਅੱਛਾ ਜੀ, ਉਹ ਬੰਦੇ ਨੇ ਬੰਦੇ ਜਿਹਨੇ ਗਲਤ ਲਿਖੀ ਖਬਰ ਉਹਨੇ ਇੰਡੀਆ ਦਾ ਸੈਕਸ਼ਨ ਨਹੀਂ ਪੜ੍ਹਿਆ, ਇੰਡੀਆ ਸੈਕਸ਼ਨ ਥੋੜ੍ਹੀ, ਕਿਉਂਕਿ ਸਾਡੀ ਇੰਡੀਆ ਟੀਮ ਗਈ ਸੀ ਬੰਗਲਾਦੇਸ਼, ਸਾਰਾ ਬੰਗਲਾਦੇਸ਼ ਲਿਖਿਆ ਆ। ਅੱਛਾ, ਅਸੀਂ UK ਰਜਿਸਟਰਡ ਚੈਰਿਟੀ ਹਾਂ, ਸਾਨੂੰ ਰਿਪੋਰਟਾਂ ਬਣਾਉਣੀਆਂ ਪੈਂਦੀਆਂ, ਹਰ ਸਾਲ ਅਕਾਊਂਟ ਸਬਮਿਟ ਕਰਨੇ ਪੈਂਦੇ ਆ। ਉਹਨੀ ਖਬਰ 'ਚ ਇਹ ਵੀ ਲਿਖਿਆ ਵੀ ਪਿਛਲੇ ਸਾਲ ਦੇ ਅਕਾਊਂਟ ਦੇ ਵਿੱਚ ਕੇਰਲਾ ਦਾ ਅਕਾਊਂਟ ਨਹੀਂ ਵਿੱਚ ਪਾਇਆ, ਕੇਰਲਾ ਹੜਾ ਹੈ, ਤੁਸੀਂ ਹੈਲਪ ਕੀਤੀ। ਪਰ ਜੇ ਤੁਸੀਂ ਫਾਈਨੈਂਸ ਦੇ ਵਿੱਚ ਵਰਲਡ ਦੇ, ਇੱਥੇ ਤੁਸੀਂ ਫਾਈਨੈਂਸ ਵਰਲਡ ਬੈਠੇ ਆ, ਸਾਡੇ ਅਕਾਊਂਟਸ ਹੁੰਦੇ ਆ ਫਰੋਮ ਦਾ 1st April ਟੂ 30th March, ਫਿਰ ਤੁਹਾਨੂੰ 6 ਮਹੀਨੇ ਹੁੰਦੇ ਗੌਰਮੈਂਟ ਦਿੰਦੀ ਤੋਂ ਸਬਮਿਟ ਕਰਨ ਨੂੰ। ਪਿਛਲੇ ਜਿਹੜੇ ਅਕਾਊਂਟ ਆ ਉਹ ਅਪ ਟੂ ਜਿਹੜੇ ਭਾਈ ਕਹਿ ਲਓ 30th March 2018 ਆ, ਜਿਹੜੇ ਜਿਹੜਾ ਹੜ੍ਹ ਆਏ ਸੀਗੇ ਕੇਰਲਾ 'ਚ ਉਹ ਆਏ ਸੀ ਅਗਸਤ ਦੇ ਵਿੱਚ, ਹਾਂਜੀ, ਉਹ ਕਿੱਦਾਂ ਹੋ ਗਏ ਅਕਾਊਂਟ ਦੇ ਵਿੱਚ? ਉਹ ਤਾਂ ਇਸ ਸਾਲ ਅਕਾਊਂਟ 'ਚ ਆਉਗੇ ਜਦੋਂ ਸਬਮਿਟ ਕਰਾਂਗੇ। ਸੋ ਜਾਣ ਕੇ ਸਾਡੇ ਜਿਹੜੇ ਖਿਲਾਫ ਆ ਐਵੇਂ ਖਬਰਾਂ ਫੈਲਾਉਂਦੇ ਆ ਭਾਈ ਖਾਲਸਾ ਪਾਪੂਲਰ ਆ ਅਤੇ ਇਹਨੂੰ ਬੰਦ ਕਿੱਦਾਂ ਕਰਾਉਣਾ, ਇਹਦਾ ਸਪੋਰਟ ਕਿੱਦਾਂ ਬੰਦ ਕਰਨਾ। ਸਾਨੂੰ ਤੁਸੀਂ ਜਾਣਕਾਰੀ ਲੈਣੀ ਹੋਵੇ khalsaaid.org ਜੀ, ਉੱਥੇ info@khalsaaid ਸਾਨੂੰ ਈਮੇਲ ਭੇਜੋ। ਮੈਂ ਕਿੰਨੀ ਵਾਰੀ ਹਰ TV ਇੰਟਰਵਿਊ ਦੇ ਵੀ ਕਿਹਾ ਆ ਵੀ ਅਸੀਂ £1,000 ਖਰਚਦੇ ਹਾਂ, $1,000 ਖਰਚਦੇ ਜੀ, ਤੁਸੀਂ ਸਾਨੂੰ $2,000 ਦਿੰਦੇ, ਅਸੀਂ $2,000 ਖਰਚਦੇ ਤੁਸੀਂ ਸਾਨੂੰ $4,000 ਦਿੰਦੇ। ਸੰਗਤ ਦਾ ਯਕੀਨ ਟਰੱਸਟ ਖਾਲਸਾ ਤੇ ਇੰਨਾ ਆ ਭਾਈ, ਖਾਲਸਾ ਚਾਹੁੰਦੀ ਭਾਈ, ਸੰਗਤ ਚਾਹੁੰਦੀ ਭਾਈ ਖਾਲਸਾ No. 1 ਬਣੇ। ਅਸੀਂ ਨਹੀਂ ਕਦੀ ਕਿਹਾ, ਸਾਡਾ ਸਾਰਾ ਕੰਟਰੋਲ ਆ, ਸਾਡੇ ਟਰੱਸਟੀ ਆ, ਅਸੀਂ ਸਾਨੂੰ ਵੀ ਕਿਉਂ ਫਰਕ ਨਹੀਂ, ਜੇ 20, 30, 50, 40 million 100 million ਸਾਡੇ ਬੈਂਕ 'ਚ ਹੋਏ, ਅਸੀਂ ਵੀ ਜਾ ਕੇ ਇੰਨੀ ਵੱਡੀ ਸੰਸਥਾ ਬਣਾਈਏ ਦੁਨੀਆ 'ਚ, ਥਾਂ ਥਾਂ ਝੰਡੇ ਗੱਡੇ ਹੋਣ ਸੇਵਾ ਦੇ, ਇਹ ਥੋੜ੍ਹਾ ਕੋਈ ਮੈਂ ਤਾਂ ਕਦੀ ਕਿਹਾ ਨਹੀਂ ਹੋਣਾ ਚਾਹੀਦਾ, ਵਾਈ ਨੋਟ, ਇਹ ਪੈਸਾ ਮੇਰਾ ਥੋੜ੍ਹਾ ਵਾ, ਸੈਪਰੇਟ ਅਕਾਊਂਟ ਆ, ਸਾਰਾ ਮੈਨੇਜ ਹੋ ਰਿਹਾ। ਜੇ ਰਵੀ ਸਿੰਘ ਨੇ ਪੈਸਾ ਰੱਖਣਾ ਹੋਵੇ, ਖਾਣਾ ਹੋਵੇ, ਮੈਂ ਤਾਂ ਇਕੱਲਾ ਕਰ ਸਕਦਾ ਸੀਗਾ, ਸਾਰਾ ਮੇਰੇ ਨਾਂ 'ਤੇ। ਹੁਣ ਅੱਜ ਵੀ ਮੈਂ ਕਹਿ ਦੂੰਗਾ ਸੰਗਤ ਨੂੰ, ਮੈਨੂੰ ਪੈਸੇ ਦੇ ਦਿਉ, ਸੰਗਤ ਦੇ ਦੂਗੀ ਨਾ, ਹਿਸਾਬ ਮੰਗੂਗੇ। ਪਰ ਸਾਡਾ ਜਿਹੜਾ ਸਿਸਟਮ ਆ ਉਹ ਹੈਗਾ ਸਾਰਾ ਔਨਲਾਈਨ, ਸਾਰਾ ਬੈਂਕ, ਸਾਰਾ ਰਜਿਸਟਰ, ਇਹਦੇ ਵਿੱਚ ਨਾ ਕੋਈ ਅਸੀਂ ਕਢਾ ਸਕਦੇ ਹਾਂ ਐਵੇਂ ਪੈਸੇ, ਕੋਈ ਨਵੀਂ ਕਾਰ ਲੈਣੀ, ਇੱਦਾਂ ਨਹੀਂ ਕਰਦਾ ਸਰ। ਸਾਰਾ ਸਿਸਟਮ ਬਣਾ ਕੇ ਬ੍ਰਿਟਿਸ਼ ਸਿਸਟਮ ਜਿੱਦਾਂ ਹੁੰਦਾ ਚੈਰਿਟੀ ਦਾ, ਉਹ ਰਜਿਸਟਰ ਕੀਤਾ ਆ। ਸੋ ਜੇ ਮੈਨੂੰ ਕੋਈ ਪੈਸੇ ਦੀ ਲੋੜ ਹੁੰਦੀ ਤਾਂ ਮੈਂ ਤਾਂ ਇੱਥੇ ਨਾ ਇੱਥੇ ਅੱਜ ਮਹੀਨਾ ਤੁਹਾਡੇ ਸਾਹਮਣੇ ਐਸ਼ਾ ਕਰਦੇ ਕਿਤੇ ਜਾ ਕੇ, ਨਾ ਰਜਿਸਟਰਿੰਗ ਹੋਣੀ ਸੀਗੀ, ਜੋ ਮਰਜ਼ੀ ਕਰੋ। ਪਰ ਤੁਹਾਡਾ ਪਿਆਰ ਜੇ, ਮੈਂ ਤੁਹਾਨੂੰ ਵੀ ਕਹਿੰਦਾ, ਮੈਂ ਤੁਸੀਂ ਜਦੋਂ ਲੰਡਨ ਆਓਗੇ ਸਾਡੇ ਆਫਿਸ ਆਓ, ਠੀਕ ਹੈ, ਸਾਡੇ ਘਰ ਆ ਕੇ ਚਾਹ ਪੀਓ, ਤੁਹਾਨੂੰ ਲੱਗ ਜੂ ਪਤਾ ਅਸੀਂ ਕਿੱਥੇ ਰਹਿੰਦੇ ਹਾਂ। ਸਾਨੂੰ ਕਿਸੇ ਪੈਸੇ ਦਾ ਲਾਲਚ ਨਹੀਂ ਗਾ। ਤੁਸੀਂ ਦੇਖੋ ਇੱਥੇ ਕਿੰਨੀ ਵੱਡੀ ਕੰਪਨੀ ਆ ਵਰਲਡ ਫਾਈਨੈਂਸ਼ੀਅਲ ਗਰੁੱਪ, ਕਿੰਨੇ ਤਕੜੇ ਸਿੱਖ ਸਾਡੇ ਇਸ ਬਿਜ਼ਨਸ 'ਚ ਆ, ਕਿੰਨੇ ਵੱਡੇ ਵੱਡੇ ਗੁਰਦੁਆਰੇ ਆ। ਮੈਂ ਕਦੀ ਘਰੇ ਇਹ ਵੀ ਕਹਿੰਦਾ, ਤੁਸੀਂ ਇੱਕ ਵਾਰੀ ਦਿਖਾ ਦਿਉ ਤੁਹਾਨੂੰ ਅਸੀਂ ਚਿੱਠੀ ਕਦੀ ਪਾਈ ਆ ਵੀ ਸਾਨੂੰ ਪੈਸੇ ਦੇਵੋ। ਸੰਸਥਾ ਚਿੱਠੀਆਂ ਪਾਉਂਦੀ ਰਹਿੰਦੀ ਵੱਡੇ ਵੱਡੇ ਔਰਗਨਾਈਜੇਸ਼ਨ ਨੂੰ ਕਿ ਸਾਨੂੰ ਪੈਸੇ ਦੇਵੋ, ਤੁਸੀਂ ਉਹਨੂੰ ਦੇ ਰਹੇ ਹਾਂ ਸਾਨੂੰ ਥੋੜ੍ਹੇ। ਅਸੀਂ ਅੱਜ ਤੱਕ ਇਹਨੂੰ ਕਿਹਾ, ਨਾ ਤੁਹਾਨੂੰ ਕਿਹਾ ਇੱਥੇ, ਨਾ ਕਿਸੇ, ਅਸੀਂ ਸੇਵਾ ਕਰਦੇ, ਸੰਗਤ ਜੁੜਦੀ, ਸੰਗਤ ਡੋਨੇਸ਼ਨ ਕਰਦੀ, ਪਰ ਅਸੀਂ ਪੈਸੇ ਮੰਗੇ ਨਹੀਂ ਗਏ। ਤੁਸੀਂ ਮੇਰੇ ਸਾਹਮਣੇ ਬੈਠੇ ਹਾਂ, ਤੁਸੀਂ ਮੈਨੂੰ ਕਹਿ ਸਕਦੇ ਹਾਂ ਜਾਂ ਨਾ, ਕੋਈ ਬਾਕੀ ਸੰਸਥਾ ਨੂੰ ਕਹਿੰਦੀ ਸਾਨੂੰ ਸਪੋਰਟ ਕਰੋ। ਬਹੁਤ ਕਹਿੰਦੀ ਹੈ, ਬਿਲਕੁਲ ਸਹੀ ਹੈ ਅਤੇ ਬਿਲਕੁਲ।
ਸਵਾਲ ਹੀ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਜੇ ਸਾਨੂੰ ਲਾਲਚ ਹੁੰਦਾ ਅਸੀਂ 100 ਤੋਂ ਚਿੱਠੀਆਂ ਪਾਉਂਦੇ ਆ ਸਾਨੂੰ ਪੈਸੇ ਦਿਓ ਪੈਸੇ ਪੈਸੇ ਨਹੀਂ ਹੁਣ ਜਦੋਂ ਪੈਸੇ ਸਾਡੇ ਕੋਲ ਬੋਝ ਹੁੰਦਾ ਵੀ ਸਾਡੀ ਜ਼ਿੰਮੇਵਾਰੀ ਬਹੁਤ ਵੱਧ ਗਈ ਹੁਣ ਹੜ੍ਹ ਆ ਹੜ੍ਹ ਦੇ ਵਿੱਚ ਐਟਲੀਸਟ ਹੁਣ ਤੁਹਾਡੇ ਕੈਨੇਡੀਅਨ ਡਾਲਰ ਕਹਿ ਲਓ 2 ਮਿਲੀਅਨ ਇਕੱਠੇ ਕਰੋ ਉਹ ਖਰਚਣੇ ਇੱਕ ਜ਼ਿੰਮੇਵਾਰੀ ਆ ਮੈਂ ਲੋਕਾਂ ਨੂੰ ਸਾਰੇ ਸੰਗਤ ਨੂੰ ਘੜੀ ਘੜੀ ਕਹਿੰਦਾ ਕਿੰਨੇ ਪੈਸੇ ਜਮ੍ਹਾਂ ਹੋ ਗਏ ਹੁਣ ਹੜ੍ਹ ਲਈ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਗੀ ਅਸੀਂ ਜਾਣ ਕੇ ਕਹਿੰਦੇ ਵੀ ਲੋਕ ਪੁੱਛਣ 9 ਮਹੀਨੇ ਬਾਅਦ ਤੁਹਾਡੇ 2 ਮਿਲੀਅਨ ਕਿਹਾ ਸੀ ਤੁਸੀਂ ਕਿੱਥੇ ਖਰਚ ਰਹੇ ਸੋ ਅਸੀਂ ਜਾਣ ਕੇ ਕਹਿੰਦੇ ਹਾਂ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਗੀ ਜੇ ਸਾਨੂੰ ਪੈਸੇ ਦਾ ਲਾਲਚ ਹੁੰਦਾ ਅਸੀਂ ਕਹਿੰਦੇ ਧੱਕੇ ਖਾਣੀ ਦੁਨੀਆ ਵਿੱਚ 10-20 ਸਾਲ ਉੱਥੇ ਕੌਂਗੋ ਜਾ ਲੜਾਈ ਲੱਗੀ ਝਗੜਾ ਲੱਗਾ ਗੋਲੀ ਲੱਗ ਸਕਦੀ ਤੁਹਾਡੀ ਫੈਮਿਲੀ ਆ ਕੋਈ ਹੋਰ ਭੇਜ ਦਿਓ ਫਿਰ ਤੁਸੀਂ ਜਿਹਨੂੰ ਪੈਸੇ ਨਾਲ ਪਿਆਰ ਹੁੰਦਾ ਉਹ ਧੱਕੀ ਨਹੀਂ ਖਾਂਗਾ ਅੱਜ ਤਾਂ ਪੈਸੇ ਜਿਹੜੇ ਪੈਸੇ ਲਾਊਗਾ ਉਹ ਡਰਦਾ ਰਹਿੰਦਾ ਮੈਨੂੰ ਖੁਸ਼ ਹੋ ਜੂਗਾ ਮੈਂ ਲਾਈਫ ਇੰਜੋਏ ਕਰਾਂ ਸਾਡੀ ਲਾਈਫ ਇਹ ਇੰਜੋਏ ਆ ਵੀ ਅਸੀਂ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਹੁਣ ਇਸ ਵੇਲੇ ਖਾਸ ਰਹਿਣਾ ਉਹ ਜੰਮੀ ਪਲੀ ਆ ਉਹ ਵੀ ਸਾਡੇ ਵਾਂਗੂ ਸੋਚਦੇ ਵੀ ਕਿਸੇ ਨਫ਼ਰਤ ਨਹੀਂ ਕਰਨੀ ਧਰਮ ਨੂੰ ਪਿਆਰ ਕਰੋ ਡਿਪਲੋਮੇਸੀ ਯੂਜ਼ ਕਰੋ ਸਾਨੂੰ ਇਹ ਹੀ ਬਹੁਤ ਮਾਣ ਆ ਵੀ ਸਾਡੀ ਜਿਹੜੀ ਕੌਮ ਆ ਸਿੱਖਾਂ ਦੀ ਕਮਿਊਨਿਟੀ ਆ ਉਹ ਇਸ ਵੇਲੇ ਰਿਫਿਊਜੀਆਂ ਦੀ ਥਾਂ ਥਾਂ ਇੱਥੇ ਲੰਗਰ ਲੱਗੇ ਦੇਸਾਂ ਪ੍ਰਦੇਸਾਂ ਵਿੱਚ ਇਹ ਇਹ ਤੋਂ ਵੱਡੀ ਹੋਰ ਕੀ ਰਿਜ਼ਲਟ ਹੋ ਸਕਦਾ ਪੈਸੇ ਤਾਂ ਜਿੰਨੇ ਮਰਜ਼ੀ ਲਿਆ ਜਾਓ ਪਰ ਇਹ ਜਿਹੜੀ ਮੂਵਮੈਂਟ ਲਿਆਉਂਦੀ ਆ ਇਹ ਪੈਸ਼ਨ ਨਾਲ ਪਿਆਰ ਨਾਲ ਅਤੇ ਜਿਹੜੇ ਭਈ ਇਨਸਾਨੀਅਤ ਤੁਹਾਡੇ ਦਿਲ 'ਚ ਆ ਉਹਨਾਂ ਆਉਂਦੀ ਆ ਜਿਹੜੀ ਮੂਵਮੈਂਟ ਦੀ ਤੁਸੀਂ ਪੈਸ਼ਨ ਦੀ ਪਿਆਰ ਦੀ ਗੱਲ ਕੀਤੀ ਆ ਅੱਜ ਇਹ ਲਹਿਰ ਬਣੀ ਹੈ ਇਸ ਲਹਿਰ ਨੂੰ ਲੈ ਕੇ ਜਿਹੜਾ ਇੱਕ ਰਵੀ ਸਿੰਘ ਉਹਦਾ ਇੱਕ ਪ੍ਰਤੀਕ ਬਣਿਆ ਖਾਲਸਾ ਏਡਾ ਇੱਕ ਵਿਸ਼ਾਲ ਰੂਪ 'ਚ ਫੈਲੀ ਹੈ ਜਦੋਂ ਤੁਹਾਨੂੰ ਮਾਨ ਸਨਮਾਨਾਂ ਦੀ ਗੱਲ ਚੱਲਦੀ ਹੈ ਮੈਨੂੰ ਯਾਦ ਹੈ ਉਹ ਘੜੀ ਕਿ ਇੱਕ ਵਾਰੀ ਜ਼ਿਕਰ ਹੋਇਆ ਕਿ ਪ੍ਰਾਈਡ ਆਫ ਇੰਡੀਆ ਜਾਂ ਕੁਛ ਇਸ ਤਰ੍ਹਾਂ ਦਾ ਤੁਹਾਨੂੰ ਸਨਮਾਨ ਦਿੱਤਾ ਜਾਵੇ ਤੁਸੀਂ ਉਸ ਵੇਲੇ ਬੜੇ ਕੀਮਤੀ ਸ਼ਬਦ ਕਹੇ ਜੋ ਇੱਕ ਸਿੱਖ ਇਨਸਾਨੀਅਤ ਨੂੰ ਸਮਰਪਿਤ ਸਿੱਖ ਦੇ ਜ਼ਿਹਨ 'ਚੋਂ ਨਿਕਲੇ ਅਤੇ ਮੈਂ ਚਾਹਾਂਗਾ ਕਿ ਉਹਨਾਂ ਦਾ ਦਰਦ ਜਿਹੜਾ ਹੈ ਤੁਸੀਂ ਜ਼ਰੂਰ ਸਾਂਝਾ ਕਰੋ ਉੱਥੇ ਇੰਗਲੈਂਡ 'ਚ ਇੱਕ ਕਈ ਲੋਕਾਂ ਨੇ ਇਹ ਗੱਲ ਮੋੜ ਦਿੱਤੀ ਉਹ ਆ ਭਈ ਗੌਰਮੈਂਟ ਤੋਂ ਇੱਦਾਂ ਦਾ ਅਵਾਰਡ ਸੀਗੇ ਉੱਥੇ ਇੰਗਲੈਂਡ ਦੇ ਵਿੱਚ ਇੱਕ ਔਰਗਨਾਈਜੇਸ਼ਨ ਆ ਉਹ ਕਹਿੰਦੇ ਤੁਹਾਨੂੰ ਅਸੀਂ ਨੋਮੀਨੇਟ ਕਰਨਾ ਚਾਹੁੰਦੇ ਹਾਂ ਹਾਂਜੀ ਬ੍ਰਿਟਿਸ਼ ਇੰਡੀਅਨ ਆਫ ਦਾ ਈਅਰ ਅੱਛਾ ਜੀ ਅਤੇ ਮੇਰਾ ਜਿਹੜਾ ਸੈਕਟਰੀ ਉੱਥੇ ਸਾਡੇ ਨਾਲ ਕੰਮ ਕਰਦਾ ਐਡਮਿਨ ਮੈਨੇਜਰ ਉਹਦਾ ਨਾਮ ਐਂਡਰੂ ਆ ਗੋਰਾ ਆ ਐਕਸਕਿਊਜ਼ ਮੀ ਉਹ ਕਹਿੰਦਾ ਵੀ ਯਾਰ ਈਮੇਲ ਆਈ ਆ ਉਹਨੂੰ ਪਤਾ ਮੇਰੇ ਸੁਭਾਅ ਦਾ ਕੀ ਰਿਪਲਾਈ ਦੇਈਏ ਮੈਂ ਕਿਹਾ ਵੇਟ ਕਰਦਾ 2-3 ਦਿਨ ਸੋ ਅਸੀਂ 2 ਦਿਨ ਬਾਅਦ ਫਿਰ ਮੈਸੇਜ ਆ ਗਿਆ ਤੁਸੀਂ ਰਿਪਲਾਈ ਕਰੋ ਫਿਰ ਰਿਪਲਾਈ ਕੀਤਾ ਪਿਆਰ ਦੇ ਨਾਲ ਥੈਂਕ ਯੂ ਤੁਹਾਡਾ ਵੀ ਤੁਹਾਨੂੰ ਤੁਸੀਂ ਇਹ ਮਾਨ ਸਨਮਾਨ ਦੇਣ ਲੱਗੇ ਹਾਂ ਜਾਂ ਨੋਮੀਨੇਟ ਕਰਨ ਲੱਗੇ ਹਾਂ ਪਰ ਮੈਂ ਆਪਣੇ ਆਪ ਨੂੰ ਇੰਡੀਅਨ ਨਹੀਂ ਸਮਝਦਾ ਕਿਉਂਕਿ ਸਾਡੇ ਉੱਪਰ ਕਿੰਨੀ ਬੇਇਨਸਾਫੀ ਹੋਈ ਆ ਸਾਡੇ ਮੁੰਡੇ ਚੱਕ ਚੱਕ ਕੇ ਮਾਰ ਦਿੱਤੇ ਕੋਈ ਇਨਸਾਫ ਨਹੀਂ ਹੋਇਆ ਬਜ਼ੁਰਗ ਮਾਵਾਂ ਉੱਥੇ ਹਲਦਾ ਗੜੀਕ ਨਹੀਂ ਆਪਣੇ ਪੁੱਤਾਂ ਨੂੰ ਜਿਹੜੇ ਡਿਸਅਪੀਅਰ ਕੀਤੇ ਗਏ ਦਿੱਲੀ ਵਿੱਚ 84 ਵਿੱਚ ਜਨਸੜ ਕੀਤੀ ਗਈ ਆ ਸਾਨੂੰ ਇਨਸਾਫ ਨਹੀਂ ਮਿਲਿਆ 35 ਸਾਲ ਸਾਡੀਆਂ ਭੈਣਾਂ ਇਨਸਾਫ ਡਿਗਰੀਆਂ ਵਰ ਗਈਆਂ ਤਾਂ ਮੈਂ ਕਿੱਦਾਂ ਕਹਿ ਸਕਦਾ ਅਸੀਂ ਇੰਡੀਅਨ ਹਾਂ ਜਿਹੜੇ ਇੰਡੀਅਨ ਆ ਠੀਕ ਆ ਅਸੀਂ ਪੰਜਾਬੀ ਕਹਿੰਦੇ ਆਪਣੇ ਆਪ ਨੂੰ ਇਹਦਾ ਮਤਲਬ ਵੀ ਕਿਸੇ ਹੋਰ ਨੂੰ ਅਸੀਂ ਨਫ਼ਰਤ ਕਰਦੇ ਇੰਡੀਆ ਨੂੰ ਪਾਕਿਸਤਾਨੀ ਨੂੰ ਅਫਗਾਨੀ ਅਸੀਂ ਆਪਣੇ ਪੰਜਾਬੀ ਕਹਿ ਕੇ ਸਾਰਿਆਂ ਨੂੰ ਪਿਆਰ ਕਰਦੇ ਪਰ ਸਾਨੂੰ ਉਹ ਚੀਜ਼ ਨਾ ਬਣਾਓ ਜਿਹੜੀ ਚੀਜ਼ ਇੱਕ ਪਾਸੇ ਸਾਨੂੰ ਕਹਿੰਦੇ ਤੁਸੀਂ ਇਹ ਸਮਝੋ ਵੀ ਤੁਸੀਂ ਸਾਡੇ ਇੱਕ ਹਿੱਸਾ ਆ ਦੇਸ਼ ਦੇ ਪਰ ਦੂਜੇ ਪਾਸੇ ਜਦੋਂ ਇਨਸਾਫ਼ ਦੀ ਗੱਲ ਫਿਰ ਅੰਨੇ ਵਾਲੀ ਦੂਜੇ ਪਾਸੇ ਦੇਖ ਲਾ ਪੈਂਦੇ ਆ ਅਸੀਂ ਕਿੱਦਾਂ ਕਹਿ ਸਕਦੇ ਹਾਂ ਅਸੀਂ ਇਹ ਸਾਨੂੰ ਸਮਝਣਾ ਪੈਣਾ ਇਹਦੇ ਵਿੱਚ ਨਫ਼ਰਤ ਨਹੀਂ ਗੀ ਇਹ ਇਨਸਾਫ਼ ਦੀ ਗੱਲ ਆ ਇਨਸਾਨੀਅਤ ਦੀ ਗੱਲ ਆ ਜਿਹੜੇ ਆਵਾਜ਼ ਨਹੀਂ ਉਠਾ ਸਕੇ ਜਿਹੜੇ ਆਵਾਜ਼ ਉਠਾਉਂਦੇ ਮਾਰ ਦਿੱਤੇ ਜਿਹੜੇ ਆਵਾਜ਼ ਦੀ ਦੱਬ ਦਿੱਤੀ ਰਫਲਾਂ ਦੇ ਮੂੰਹ ਵਾੜ ਕੇ ਗੋਲੀਆਂ ਉਹਦੇ ਮੂੰਹ ਹੀ ਉਡਾ ਦਿੱਤੇ ਨੌਜਵਾਨਾਂ ਦੇ ਤਾਂ ਅਸੀਂ ਕਹਿ ਪਏ ਫੀਤੇ ਜਿਹੜੇ ਉਹ ਫੀਤੇ ਲਾ ਕੇ ਮੂੰਹ ਬੰਦ ਕਰ ਲਈਏ ਸਾਨੂੰ ਕਿਸੇ ਚੀਜ਼ ਦਾ ਪਿਆਰ ਨਹੀਂ ਇੱਦਾਂ ਦਾ ਨਾ ਕੋਈ ਸਾਨੂੰ ਕੋਈ ਲਾਲਚ ਆ ਕੋਈ ਸਨਮਾਨ ਦਾ ਇੱਦਾਂ ਦੇ ਵੀ ਸਾਨੂੰ ਸਾਡੀ ਜਿਹੜੀ ਸੋਚ ਆ ਵਿਕ ਜਾਵੇ ਸਾਡੀ ਸੋਚ ਬਕਾਊ ਨਹੀਂ ਗੀ ਜਿੰਨਾ ਕੋਈ ਪੈਸੇ ਦੀ ਗੱਲ ਹੋਵੇ ਮੈਡਲਾਂ ਦੀ ਗੱਲ ਹੋਵੇ ਅਵਾਰਡਸ ਦੀ ਗੱਲ ਹੋਵੇ ਜਿੱਥੇ ਅਸੀਂ ਖੜ੍ਹੇ ਹਾਂ ਉੱਥੇ ਖੁਸ਼ ਹਾਂ ਆਪਣੀ ਬਿਲੀਫ ਦੇ ਵਿੱਚ ਸਾਨੂੰ ਇਹ ਚੀਜ਼ ਚੈਲੰਜ ਕਰਨੀ ਪੈਣੀ ਆ ਜਿੱਥੇ ਬੇਇਨਸਾਫੀ ਆ ਉੱਥੇ ਸਾਨੂੰ ਸਟੈਂਡ ਲੈਣਾ ਪੈਣਾ ਤੁਹਾਡੀ ਗੱਲ ਦੇ ਵਿੱਚ ਤੁਹਾਡਾ ਹੀ ਨਹੀਂ ਬਲਕਿ ਹਰ ਇੱਕ ਉਸ ਮਨੁੱਖੀ ਅਧਿਕਾਰ ਨੂੰ ਸਮਰਪਿਤ ਕਿਸੇ ਵੀ ਦੁਨੀਆ ਦੇ ਹਿੱਸੇ 'ਚ ਵਸਣ ਵਾਲੇ ਵਿਅਕਤੀ ਦਾ ਦਰਦ ਹੈ ਅਖੀਰ 'ਚ ਇੱਕ ਦੋ ਗੱਲਾਂ ਤੁਹਾਡੇ ਨਾਲ ਕਿ ਤੁਹਾਡਾ ਪਰਿਵਾਰ ਜਿਹੜਾ ਹੈ ਘਰ ਗ੍ਰਸਤੀ ਹੈ ਉਸ ਦੇ ਬਾਰੇ ਜਾਣਕਾਰੀ ਦਿਓ ਉਹ ਡਿਫੀਕਲਟ ਹੁੰਦਾ ਉਹ ਤਾਂ ਕਿਉਂਕਿ ਮੈਂ ਕੱਲ੍ਹ ਹੀ ਗੱਲ ਕਰਦਾ ਸੀ ਸੋਸ਼ਲ ਮੀਡੀਆ 'ਤੇ
ਕਈ ਲੋਕ ਸੰਗਤ ਦੇਖਦੇ ਵੀ ਤੁਹਾਡੇ ਬੱਚੇ ਆ ਘਰ ਕੋਈ ਮਾਂ ਵੀ ਆ ਜੋ ਸਾਡੀ ਜਦੋਂ ਸ਼ੁਰੂ ਕੀਤੀ ਖਾਲਸਾ ਜੀ ਮੈਂ ਆਪਣੀ ਮੰਮੀ ਨੂੰ ਕਹਿਣਾ ਮੈਂ ਚੱਲਾਂ ਮੈਂ ਕਿਹਾ ਬੀਬੀ ਮੈਂ ਚੱਲੇ ਬਾਹਰ ਮੈਂ ਸੇਵਾ ਕਰਾਂ ਕਿੱਥੇ ਚੱਲਦੇ ਹਾਂ ਔਰ ਰਹਿਣ ਦੇ ਕੁਛ ਹੋ ਜਾਊਗਾ ਉਹੀ ਗੱਲ ਹੋ ਗਈ ਵੀ ਆਪਣੇ ਉਹਨੂੰ ਕੋਈ ਨਹੀਂ ਮੋਹਰੇ ਤੋਰਨਾ ਨਹੀਂ ਨਹੀਂ ਮੈਂ ਜਾਣਾ ਮੇਰਾ ਅਸੀਂ ਕੁਛ ਕਰ ਰਹੇ ਹਾਂ ਜਾਣਾ ਪੈਣਾ ਉਹਨੀ ਅਪਸੈਟ ਹੋਣਾ ਜਿਵੇਂ ਜਦੋਂ ਸਮਾਲੀਆ ਗਿਆ 2003 ਦੇ ਵਿੱਚ ਜਾਂ 2003 ਦੇ ਇੱਦਾਂ ਕੁਛ ਗਿਆ ਸੀਗਾ ਅਤੇ ਉੱਥੇ ਮੈਂ ਪਹਿਲਾਂ ਦੱਸਿਆ ਨਹੀਂ ਗਾ ਮੈਨੂੰ ਪਤਾ ਨਹੀਂ ਅਪਸੈਟ ਕਰਨਾ ਉੱਥੇ ਜਾ ਕੇ ਫੋਨ ਕੀਤਾ ਮੈਂ ਸਮਾਲੀਆ ਪਹੁੰਚ ਗਿਆ ਅਤੇ ਜਦੋਂ ਮੈਨੂੰ ਫੋਨ ਮੁੜ ਕੇ ਮਿਲ ਗਿਆ ਉੱਥੇ ਫੋਨ ਵੀ ਕਦੇ ਮਿਲਦਾ ਸੀਗਾ ਸਾਰਾ ਕੱਟ ਆਫ ਸੀਗਾ ਦੁਨੀਆਂ ਤੋਂ ਸਮਾਲੀਆ ਨਾ ਉੱਥੇ ਕੋਈ ਫੇਸਬੁੱਕ ਸੋਚ ਕੁਛ ਨਹੀਂ ਉਸ ਵੇਲੇ ਅਤੇ ਕਿੱਥੇ ਸਮਾਲੀਆ ਉਹ ਕਿੱਥੇ ਆ ਮੈਂ ਕਿਹਾ ਉਹ ਅਫਰੀਕਾ ਵਿੱਚ ਆ ਨਹੀਂ 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 ਉੱਥੇ ਤਾਂ ਛੇਤੀਆਂ ਆ ਮੈਂ ਕਿਹਾ ਕੋਈ ਨਹੀਂ ਮੈਂ ਸੋ ਕਈ ਵਾਰੀ ਸੋਚਦੇ ਭਾਈ ਰਵੀ ਸਿੰਘ ਕੋਈ ਸੁਪਰ ਹੀਰੋ ਬਣ ਕੇ ਮੋਹਰੇ ਹੋ ਕੇ ਕਰ ਰਿਹਾ ਨਹੀਂ ਅਸੀਂ ਇੱਕ ਚੀਜ਼ ਬਣਾਉਂਦੇ ਸੀਗੇ ਸਾਡੀ ਘਰ ਵਾਲੇ ਸਾਡੇ ਬੱਚੇ ਸਾਡੀ ਮਾਂ ਸਾਡੇ ਸਾਰੇ ਭੈਣਾਂ ਭਰਾ ਫਿਕਰ 24 ਘੰਟੇ ਸੀਗਾ ਜਿੱਥੇ ਜੰਗ ਲੱਗੇ ਉਹ ਸਮਾਲੀਆ ਜਦੋਂ ਗਏ ਉੱਥੇ ਨਿੱਕਾ ਜਿਹਾ ਜਹਾਜ਼ ਸਾਨੂੰ ਉਤਾਰ ਕੇ ਚਲ ਗਿਆ ਅਫਗਾਨੀ ਪਾਇਲਟ ਉੱਥੇ ਕੋਈ ਏਅਰਪੋਰਟ ਨਹੀਂ ਥਾਂ ਖੁੱਲ੍ਹਾ ਜਿਹਾ ਘੱਟਾ ਜਿੱਥੇ ਉਹ ਫੀਮ ਦਾ ਸੀਗਾ ਜਹਾਜ਼ ਉਹ ਫੀਮ ਦੇ ਜਹਾਜ਼ ਤੁਸੀਂ $200-$300 ਲੈ ਕੇ ਆ ਗਏ ਤੁਸੀਂ ਕਿੰਨੀਆਂ ਤੋਂ ਔਰ ਮੈਂ ਦੇਖਿਆ ਜਾਂਦਾ ਜਾਂਦਾ ਚੜ੍ਹ ਗਿਆ ਜਹਾਜ਼ 'ਤੇ ਤੁਸੀਂ ਇੱਕ ਦੇਸ਼ ਪਹੁੰਚ ਗਿਆ ਜਿੱਥੇ ਨਾ ਕੋਈ ਜੇ ਫੋਨ ਮਿਲ ਗਿਆ ਠੀਕ ਆ ਨਾ ਤੁਹਾਡੇ ਕੋਲ ਉਸ ਵੇਲੇ ਮੋਬਾਈਲ ਤੋਂ ਨਾ ਕੋਈ ਸੋਸ਼ਲ ਮੀਡੀਆ ਸੋ ਪਰਿਵਾਰ ਯਾਦ ਆਉਂਦਾ ਪਰ ਕਈ ਵਾਰੀ ਲੋਕ ਇਹ ਸਮਝਦੇ ਨਹੀਂ ਗੇ ਭਾਈ ਸਾਨੂੰ ਅਸੀਂ ਵੀ ਮਿਸ ਕਰਦੇ ਆਪਣੇ ਪਰਿਵਾਰ ਹੁਣ ਬੱਚੇ ਵੱਡੇ ਆਪੇ ਹੋ ਗਏ ਮਿਸ ਕਰੀਦਾ ਕਈ ਵਾਰੀ ਟਾਈਮ ਕਿੱਥੇ ਗਿਆ ਕਿਉਂਕਿ ਇੱਧਰ ਜਿਹੜਾ ਖਾਲਸਾ ਸਾਹਿਬ ਬਣਾਉਣਾ ਇੱਕ ਸਾਡਾ ਜਾਰਾ ਸਾਰੀ ਜ਼ਿੰਦਗੀ ਇੱਥੇ ਲੱਗ ਗਈ ਹੁਣ ਮੈਂ ਨੈਕਸਟ ਵੀਕ 50 ਈਅਰਸ ਦਾ ਹੋਣਾ ਦਾੜੀ ਲੱਗਦਾ 70 ਈਅਰਸ ਪਰ ਜੋ ਅਸੀਂ ਦੇਖਿਆ ਦੁਨੀਆਂ ਵਿੱਚ ਜੋ ਅਸੀਂ ਪਿਆਰ ਹੁਣ ਦੇਖਦੇ ਹਾਂ ਇਹ ਹੀ ਆ ਵੀ ਹਾਂ ਕੁਛ ਤਾਂ ਅਸੀਂ ਬਣਾ ਸਕੇ ਆਪਣੀ ਕੌਮ ਲਈ ਬਾਕੀ ਜੋ ਹੁਣ ਚੱਲੂਗਾ ਮਗਰੋਂ ਰੱਬ ਹੀ ਜਾਣੇ ਪਰ ਇਹ ਪਰਿਵਾਰ ਨੂੰ ਪਤਾ ਪਈ ਜਾਂ ਬੱਚੇ ਨੂੰ ਪਤਾ ਜਾਂ ਸਾਡੀ ਮਾਂ ਨੂੰ ਪਤਾ ਕਿੰਨਾ ਔਖਾ ਸਮਾਂ ਹੁੰਦਾ ਸੀ ਉਸ ਵੇਲੇ ਵੀ ਉਹ ਕਿੱਥੇ ਤੁਰ ਪਿਆ ਫਿਰ ਆਪਣੇ ਰੱਖ ਸਕ ਲੈ ਕੇ 20 ਸਾਲ ਦਾ ਬੜਾ ਵੱਡਾ ਸਮਾਂ ਹੁੰਦਾ ਤੁਸੀਂ ਘਰ ਤੋਂ ਨਿਕਲਿਆ ਨੂੰ ਇਹ ਵਕਤ ਹੋ ਗਿਆ ਹਰ ਰੋਜ਼ ਕਿਸੇ ਨਵੇਂ ਮੁਲਕ ਨਵੇਂ ਥਾਂ ਅਤੇ ਦੁਨੀਆਂ 'ਚ ਕਰੋੜਾਂ ਲੋਕ ਨੇ ਜਿਹੜੇ ਇਸ ਜਿਸਮ ਦਾ ਬਣਿਆ ਇੱਕ ਵਿਅਕਤੀ ਜਿਸਦਾ ਨਾਂ ਰਵੀ ਸਿੰਘ ਹੈ ਉਸਨੂੰ ਮਿਲਣ ਨੂੰ ਜਾਂ ਦੇਖਣ ਨੂੰ ਤੱਕਦੇ ਨੇ ਪਰ ਉਸਦੇ ਅੰਦਰ ਜਿਹੜਾ ਪਿਆਰ ਹਲੀਮੀ ਅਤੇ ਨਿਮਰਤਾ ਭਰੀ ਹੋਈ ਹੈ ਪਰ ਫਿਰ ਵੀ ਮੈਂ ਕਈ ਵਾਰੀ ਦੇਖਦਾ ਕਿ ਜਦੋਂ ਤੁਹਾਡੇ ਇਸ ਮਨੁੱਖੀ ਸੇਵਾ ਦੀ ਗੱਲ ਕਰਦੇ ਹਾਂ ਕਈ ਵਾਰ ਐਸੀਆਂ ਖਬਰਾਂ ਆਉਂਦੀਆਂ ਨੇ ਕਿ ਇਹ ਜੀ ਪਤਾ ਨਹੀਂ ਕਿਸੇ ਖਾੜਕੂ ਲਹਿਰ ਨੂੰ ਪ੍ਰਮੋਟ ਕਰ ਰਹੇ ਨੇ ਜੀ ਇਹ ਕਿਸੇ ਵੱਖਵਾਦ ਨੂੰ ਕਰ ਰਹੇ ਨੇ ਜੀ ਇਸ ਤਰ੍ਹਾਂ ਦੀਆਂ ਘਿਨਾਉਣੀਆਂ ਕਿਸਮ ਦੀਆਂ ਸੋਚਾਂ ਚੱਲਦੀਆਂ ਨੇ ਉਹ ਤੁਹਾਨੂੰ ਕੀ ਕਿਸੇ ਤਰ੍ਹਾਂ ਤੋੜਦੀਆਂ ਜਾਂ ਪਰੇਸ਼ਾਨ ਤਾਂ ਨਹੀਂ ਕਰਦੀਆਂ ਜਾਂ ਕਿਸ ਤਰੀਕੇ ਨਾਲ ਤੁਸੀਂ ਮਹਿਸੂਸ ਕਰਦੇ ਹੋ ਪਹਿਲਾਂ ਮੈਂ ਕਹਿਣਾ ਚਾਹੁੰਦਾ ਜੋ ਫੈਮਿਲੀ ਦੀ ਗੱਲ ਕਰਦੇ ਨਾ ਹੁਣ ਜਿਹੜੇ ਹੜ੍ਹ ਆਏ ਹੋ ਆ ਪੰਜਾਬ 'ਚ ਅਮਰਪ੍ਰੀਤ ਸਿੰਘ ਸਾਡਾ ਡਾਇਰੈਕਟਰ ਆ ਉੱਥੇ ਇੰਡੀਆ ਦੇ ਵਿੱਚ ਉਹ ਆਸਟ੍ਰੇਲੀਆ ਤੋਂ ਆਇਆ ਉਹਦੇ ਨਿੱਕੀ ਬੇਬੀ ਬੋਏ ਹੋਇਆ ਸੀਗਾ ਥੋੜ੍ਹੇ ਚਿਰ 2-3-4 ਹਫ਼ਤੇ ਹੋਏ ਹਾਂਜੀ ਉਹ ਘਰ ਵੀ ਨਹੀਂ ਗਿਆ 2 ਹਫ਼ਤੇ ਅੱਛਾ ਬਾਹਰ ਹੀ ਸਾਰਾ ਡਰੈਕ ਕਰਦਾ ਰਿਹਾ ਜਲੰਧਰ ਇੰਨਾ ਥਕੇਵਾਂ ਹੋ ਗਿਆ ਉਹਦਾ ਉਹ ਬਿਮਾਰ ਹੋ ਗਿਆ ਵਿਚਾਰਾ ਉਹਨੇ ਸਾਰਾ ਸੈਕਰੀਫਾਈਸ ਕੀਤਾ ਫਲੱਡ 'ਚ ਲਿਆਇਆ ਸੋ ਕਈ ਇੰਡੀਵਿਜੁਅਲ ਕਰ ਰਿਹਾ ਇਸ ਵੇਲੇ ਇਕੱਲਾ ਰਵੀ ਸਿੰਘ ਨਹੀਂ ਉਹ ਕਰ ਰਿਹਾ ਖਾੜਕੂ ਅਸੀਂ ਸਾਰੇ ਹਾਂ ਜੇ ਅਸੀਂ ਖਾੜਕੂ ਦਾ ਹੁੰਦੇ ਅਸੀਂ ਇੱਥੇ ਬੈਠਾ ਨਹੀਂ ਹੋਣਾ ਸੀਗਾ ਸਾਡੇ ਸਿਰ 'ਤੇ ਨਹੀਂ ਹੋਣੀ ਸੀ ਗੱਲ ਇਹ ਸੋ ਜਦੋਂ ਕਹਿੰਦੇ ਕੋਈ ਖਾੜਕੂ ਬਣ ਗਿਆ ਖਾੜਕੂ ਪਹਿਲਾਂ ਤਾਂ ਗੱਲ ਇਹ ਪੰਜਾਬੀ ਸਾਰੇ ਤੁਹਾਨੂੰ ਪਤਾ ਪੰਜਾਬੀ ਮੁਸਲਮਾਨ ਹੋਣ ਹਿੰਦੂ ਹੋਣ ਈਸਾਈ ਹੋਣ ਪੰਜਾਬੀ ਪਹਿਲਾਂ ਬੋਨ ਖਾੜਕੂ ਆ ਤੁਹਾਨੂੰ ਪਤਾ ਪੰਜਾਬੀ ਅਸੀਂ ਪੰਗੇ ਲੈਣੇ ਇਹ ਕਰਨਾ ਪੰਜਾਬੀ ਬਿਲਕੁਲ ਸਾਨੂੰ ਕੋਈ ਬਹੁਤ ਕੁਛ ਨਹੀਂ ਸੰਦੇਸ਼ ਦੀ ਸਿੱਖ ਬਣ ਕੇ ਵੀ ਸਾਨੂੰ ਪਹਿਲਾਂ ਵੀ ਖਾੜਕੂ ਬਣਨਾ ਪੈਂਦਾ ਮਸੀਂ ਤਾਂ ਅਸੀਂ ਜੰਗਲਾਂ 'ਚ ਰਹਿ ਕੇ ਘੋੜ ਸਵਾਰ ਸਿੱਖ ਕੇ ਜੋ ਪਹੁੰਚੇ ਸੀ ਇੱਥੇ ਉੱਥੇ ਪਹੁੰਚੇ ਹਾਂ ਸੋ ਅਸੀਂ ਕਿਸੇ ਪੋਲੀਟੀਕਲ ਪਾਰਟੀਆਂ ਨਹੀਂ ਗਏ ਹਾਂਜੀ ਕਦੀ ਨਹੀਂ ਰਹੇ ਠੀਕ ਜਥੇਬੰਦੀ ਐਕਸਕਿਊਜ਼ ਮੀ ਜਥੇਬੰਦੀ ਨਾਲ ਕਦੀ ਨਹੀਂ ਰਹੇ ਜੀ ਸਾਡਾ ਲਿੰਕ ਇਕੱਲਾ ਸੰਗਤ ਦੇ ਨਾਲ ਆ ਜੀ ਅਤੇ ਨਾ ਹੀ ਕੋਈ ਅਸੀਂ ਕਹਿੰਦੇ ਵੀ ਕਿਸੇ ਜਥੇਬੰਦ ਦੀ ਕੋਈ ਪੋਲੀਟੀਕਲ ਪਾਰਟੀ ਮਾੜੀ ਆ ਜੀ ਸਾਰੇ ਆਪਣੇ ਹੱਥੇ ਕੰਮ ਕਰ ਰਹੇ ਹਾਂ ਕਰ ਲੈਂਦੇ ਹੋ ਕਈ ਵਾਰ ਸਾਨੂੰ ਪੁੱਛਦੇ ਭਾਈ ਆ ਉਹ ਖਾਲਿਸਤਾਨੀ ਪਾਰਟੀ ਆ ਉਹ ਐਂਡ ਖਾਲਿਸਤਾਨੀ ਪਾਰਟੀ ਆ ਉਹ ਬਾਦਲ ਦੀ ਆ ਉਹ ਕੈਪਟਨ ਦੀ ਆ ਗੁੱਡ ਲੱਕ ਕਰ ਲੈਂਦੇ ਹੋ ਪਰ ਜਿੱਥੇ ਕੋਈ ਮੈਂ ਦੇਖਦਾ ਬੇਇਨਸਾਫ਼ੀ ਇਹ ਦੱਸ ਮੇਰਾ ਕਿਹੜੀ ਪਾਰਟੀ ਮੈਂ ਬੋਲਦਾ ਇਹ ਬੇਇਨਸਾਫ਼ੀ ਆ ਜੇ ਗਲਤ ਗੱਲ ਆ ਇਨਜਸਟਿਸ ਆ ਇਹ ਜਿੱਥੇ ਇਨਸਾਫ਼ ਨਹੀਂ ਗਾ ਪਰ ਅਸੀਂ ਤਾਂ ਆਪਣੇ ਤੌਰ 'ਤੇ ਜੋ ਕਰ ਰਹੇ ਹਾਂ ਸਾਡਾ ਉੱਥੇ ਫੋਕਸ ਆ ਪਰ ਜੇ ਤੁਸੀਂ ਕਹਿੰਦੇ ਭਾਈ ਪੰਜਾਬੀ ਹੋ ਕੇ ਸਿੱਖ ਹੋਏ ਤੁਸੀਂ ਖਾੜਕੂ ਹੀ ਨਹੀਂ ਗਏ ਦੈਨ ਯੂ ਗੋ ਸਮਥਿੰਗ ਰੋਂਗ ਵਿਦ ਯੂ ਇਹ ਤਾਂ ਮਤਲਬ ਭਾਈ ਅਸੀਂ ਇੱਥੇ ਬੈਠੇ ਕਿੱਦਾਂ ਹੱਥ ਜੋੜ ਕੇ ਜੋ ਨਿਭਾਇਆ ਟਾਈਮ ਉੱਥੇ ਜੰਗਲਾਂ 'ਚ ਵੜ ਕੇ ਬੈ ਨਹੀਂ ਅਸੀਂ ਹੱਥ ਚੱਕਿਆ ਤਲਵਾਰ ਚੱਕੀ ਦੇਖ ਤੇਗ ਫਤਿਹ
ਸੋ ਇਹ ਤੁਸੀਂ ਆਪਣੇ ਦਿਮਾਗ ਕਿੱਦਾਂ ਕਰ ਸਕਦੇ ਹੋ ਭਾਈ ਅਸੀਂ ਨਹੀਂ ਉਹ, ਇਹ ਸਾਡਾ ਵੇ ਆਫ ਲਾਈਫ ਹੈ, ਸਾਡੀ ਜ਼ਿੰਦਗੀ ਇਹ ਆ ਭਾਈ, ਸਾਡਾ ਸਮਾਂ ਆਏਗਾ ਇੱਕ ਵਾਰੀ ਫਿਰ ਦੁਨੀਆਂ ਦੇ ਵਿੱਚ ਸਾਨੂੰ ਫਿਰ ਇਹੀ ਪਈ ਲੋੜ ਪਵੇ ਮੂਹਰੇ ਹੋਣ ਦੀ, ਜਿੰਨਾ ਬਦਲੋ। ਪਰ ਤੁਸੀਂ ਇੱਦਾਂ ਕਿਸੇ ਨੂੰ ਕਹਿ ਨਹੀਂ ਸਕਦੇ ਜੀ ਕਿਸੇ ਸੋਚ ਹੈਗੀ ਆ ਭਾਈ ਉਹ ਜ਼ਿਆਦਾ ਐਕਟਿਵ ਆ ਪੋਲੀਟੀਕਲੀ ਜਾਂ ਇਹ ਜ਼ਿਆਦਾ ਐਕਟਿਵ ਹਿਊਮਨ ਰਾਈਟਸ, ਸਾਰਿਆਂ ਦਾ ਰੋਲ ਇਕੁਅਲੀ ਆ। ਤੁਸੀਂ ਅੰਦਰ ਤੁਹਾਡੀ ਨਿਮਰਤਾ ਸੋਚ ਚਿੰਤਨ ਅਤੇ ਬਾਹਰ ਇੱਕ ਮਾਰਸ਼ਲ ਸੋਚ ਜਿਹੜੀ ਉਹ ਜ਼ਿੰਦਾ ਦਿਲੀ ਬਹਾਦਰੀ ਜਾਂ ਜਿਸ ਕਾਰਕੂ ਦੀ ਡੈਫੀਨੇਸ਼ਨ ਤੁਸੀਂ ਦਿੱਤੀ ਹੈ, ਇਸ ਵੇਲੇ ਤੁਸੀਂ ਇੱਕ ਸਿੱਖੀ ਸਰੂਪ ਦੇ ਵਿੱਚ ਉਸਨੂੰ ਕਾਇਮ ਰੱਖਿਆ। ਲੱਖਾਂ ਦਰਸ਼ਕ ਸਰੋਤੇ ਜਿਹੜੇ ਤੁਹਾਨੂੰ ਦੇਖ ਰਹੇ ਨੇ, ਕਈ ਵਾਰ ਉਹਨਾਂ ਨੂੰ ਇਸ ਗੱਲ ਤੋਂ ਕਿ ਅੱਜ ਦੇ ਮਾਡਰਨ ਯੁੱਗ ਦੇ ਵਿੱਚ ਸਿਰ 'ਤੇ ਦਸਤਾਰ, ਮੂੰਹ 'ਤੇ ਕੇਸਦਾੜੀ ਅਤੇ ਆਪਣੀ ਵੱਖਰੀ ਆਈਡੈਂਟੀ, ਇਸ ਦੀ ਥਾਂ 'ਤੇ ਵੱਡੀ ਭੀੜ ਦੇ ਵਿੱਚ ਗੁੰਮ ਹੋ ਜਾਣਾ ਮੰਗਦੇ ਨੇ। ਉਹ ਚਾਹੁੰਦੇ ਨੇ ਕਿ ਉਸ ਭੀੜ ਦਾ ਹਿੱਸਾ ਬਣ ਜਾਣ। ਤੁਸੀਂ ਆਪਣੀ ਇਸ ਇਮੇਜ ਦੇ ਰਾਹੀਂ ਉਹਨਾਂ ਨੂੰ ਸਮੁੱਚੇ ਤੌਰ 'ਤੇ ਕੀ ਸੁਨੇਹਾ ਦੇਣਾ ਚਾਹੋਗੇ? ਅਸੀਂ ਪਹਿਲਾਂ ਧਰਮਜੀਤ ਤੋਂ ਕਿਹਾ, ਮੈਂ ਪਹਿਲਾਂ ਵੀ ਮੋਦਾ ਹੁੰਦਾ ਸੀਗਾ, ਬਹੁਤ ਮਾੜੇ ਕੰਮਾਂ 'ਚ ਸੀਗੇ, ਸੋ ਮੈਂ ਕਿਸੇ ਨੂੰ ਸਲਾਹ ਦੇਣ ਵਾਲਾ ਨਹੀਂ ਗਾ। ਮੈਂ ਇੰਨਾ ਆਪਣੇ ਇੰਨਾ ਸਮਝਦਾ ਯੋਗਾ ਹੋਊਗਾ ਵੀ ਕਿਸੇ ਨੂੰ ਸਲਾਹ ਦੇਵਾਂ, ਤੁਸੀਂ ਵਾਲ ਨਾ ਕੱਟੋ, ਇਹ ਨਾ ਕੱਟੋ। ਮੈਂ ਜੋ ਆਪਣੀ ਮੇਰੀ ਜ਼ਿੰਦਗੀ ਸੀਗੀ ਇਹ ਤੋਂ ਵੀ ਮਾੜੀ ਸੀਗੀ, ਸੋ ਉਹ ਜੋ ਜਿਹੜੀ ਸੋਚ ਆਉਂਦੀ ਤੁਹਾਡੇ ਆਪਣੀ ਸੋਚ ਆਉਂਦੀ ਤੁਹਾਡੇ ਅੰਦਰੋਂ, ਆਈ ਕਾਂਟ ਲੈਕਚਰ ਐਨੀਵਨ, ਨਾ ਮੈਂ ਕਿਸੇ ਨੂੰ ਸਲਾਹ ਦੇਖਦਾ ਤੂੰ ਆਹ ਕਰੋ ਤੁਸੀਂ ਪੱਗ ਬੰਨੋ, ਕਿਉਂਕਿ ਮੈਨੂੰ ਪਤਾ ਜਦੋਂ ਮੈਂ ਮੁੰਡਾ ਹੁੰਦਾ ਸੀਗਾ ਸਾਡੇ ਘਰ ਕਿਸੇ ਨੇ ਆਉਣਾ ਪਹਿਲੇ ਗਿਆ ਕਿ ਬਸ ਧੱਕਾ ਗਏ, ਤੂੰ ਪੱਗ ਕਦੇ ਲਾਈ ਆ, ਇਕੱਲਾ ਮੈਂ ਸੀਗਾ ਆਪਣੀ ਫੈਮਿਲੀ 'ਚ, ਤੂੰ ਪੱਗ ਬੰਨ, ਤੂੰ ਇਹ ਕੀਤਾ, ਜਿੱਦਾਂ ਜ਼ਬਰਦਸਤੀ ਧੱਕੇਬਾਜ਼ੀ ਇੰਨਾ ਮੈਨੂੰ ਫੀਲ ਕਰ ਦਿੱਤਾ ਮਾੜਾ, ਫਿਰ ਮੈਂ ਘਰ ਛੱਡ ਕੇ ਚੱਲ ਗਿਆ ਧੱਕੇਬਾਜ਼ੀ ਨਾਲ ਵੀ ਫੋਰਸਫੁਲੀ, ਕਿਉਂਕਿ ਮੈਨੂੰ ਪ੍ਰਚਾਰ ਨਹੀਂ ਕਰ ਰਹੇ ਸੀ, ਮੈਨੂੰ ਲੈਕਚਰ ਕਰ ਰਹੇ ਸੀਗੇ। ਡਿਫਰੈਂਸ ਹੁੰਦਾ ਪ੍ਰਚਾਰ ਅਤੇ ਲੈਕਚਰ, ਜੇ ਤੁਸੀਂ ਕਿਸੇ ਨੂੰ ਲੈਕਚਰ ਕਰੀ ਜਾਣਾ ਡਜ਼ਨਟ ਵਰਕ, ਇੱਕ ਢੰਗ ਹੁੰਦਾ ਤੁਸੀਂ ਲਾਗੇ ਰੱਖੋ, ਕੋਈ ਮੋਨਾ ਹੋਵੇ ਨਾ ਹੋਵੇ ਪਿਆਰ ਨਾਲ ਬੋਲੋ, ਯੂਨੋ ਇਹਦੇ ਵਿੱਚ ਨਹੀਂ ਭਾਈ ਤੁਸੀਂ ਮਾੜਾ ਬੋਲੋ ਕਿਸੇ ਨਾਲ, ਇਹਦਾ ਮਤਲਬ ਕੋਈ ਮੋੜਾ ਹੁਣ ਸਾਡੇ ਪੱਗਾਂ ਦਾੜੀਆਂ ਬੰਨ ਕੇ ਪੱਗਾਂ ਦਾੜੇ ਖੁੱਲ੍ਹੇ ਪੱਗਾਂ ਬੰਨ ਕੇ ਕੁੱਟ ਕੱਟਾ ਪੱਗ ਕਮੇਟੀਆਂ 'ਚ ਹਰ ਦੇਸ਼ਾਂ ਵਿੱਚ ਹੁੰਦਾ, ਹਰ ਐਤਵਾਰ ਨੂੰ ਮੇਰਾ ਉਹ ਮੋਨੇ ਉਹ ਆਪਣੇ ਸਿੰਘ ਹੁੰਦੇ ਆ, ਕੁੱਟ ਕੱਟਾ ਪੈ ਗਈ ਪੱਗ ਲਾਉਣੀ, ਤੂੰ ਫਲਾਨਾ ਆ, ਤੂੰ ਆਹ ਜਥੇ ਵਾਲਾ, ਤੂੰ ਉਹ ਵਾਲਾ, ਕਮੇਟੀ ਮੀਟਿੰਗ ਵਿੱਚ ਲੜਾਈ ਹੋਣ ਲੱਗ ਪੈਂਦੀ। ਸੋ ਅਸੀਂ ਜੇ ਇੱਕ ਦੂਜਾ ਸਤਿਕਾਰ ਨਹੀਂ ਕਰਦੇ ਪੱਗ ਵਾਲਿਆਂ ਦਾ, ਦੂਜੇ ਨੂੰ ਕਿੱਦਾਂ ਲੈਕਚਰ ਕਰ ਸਕਦੇ? ਆਈ ਡੋਂਟ ਲੈਕਚਰ, ਆਮ ਸੋਰੀ ਬਟ ਐਵਰੀਵਨ ਹੈਜ਼ ਦੇ ਪਾਸ ਐਂਡ ਆਈ ਥਿੰਕ ਦੇ ਨੀਡ ਟੂ ਡਿਸਕਵਰ ਦੇ ਓਨ ਪਾਸ, ਪਰ ਜਿਹੜੇ ਸਾਡੇ ਗੁਰਦੁਆਰੇ ਆ ਦੇ ਹੈਵ ਅ ਬਿਗ ਰੋਲ ਟੂ ਪਲੇ ਟੂ ਇੰਕਲੂਡ ਯੰਗਸਟਰਸ, ਭਾਈ ਜਿਹੜੇ ਇੱਥੇ ਨੌਜਵਾਨ ਕੁੜੀਆਂ ਮੁੰਡੇ ਗਿਆਨੀ ਬਣਨਾ ਚਾਹੁੰਦੇ, ਗ੍ਰੰਥੀ ਬਣਨਾ ਚਾਹੁੰਦੇ, ਉਹਨੂੰ ਤੁਸੀਂ ਨਹੀਂ ਭਾਈ $100 ਜਿੱਦਾਂ ਕੋਈ ਆ ਗਿਆ ਪੰਜਾਬ ਤੋਂ ਦੇ ਦਿਓ ਹਫ਼ਤੇ ਦੀ, ਬਾਕੀ ਅਰਦਾਸ ਕਰਕੇ ਕਿਤੇ ਘਰ ਜਾ ਕੇ ਬਣਾ ਲਓ ਪੈਸੇ, ਦੇ ਨੀਡ ਟੂ ਪੇ ਦਮ ਪ੍ਰੋਪਰ ਲਿਵਿੰਗ ਵੇਜ 50-60,000 ਈਅਰ, ਮੇਬੀ 70-80,000 ਈਅਰ, ਜੇ ਤੁਸੀਂ ਪ੍ਰਚਾਰਕ ਲੈਣੇ ਇੱਥੇ ਨਵੇਂ ਨਵੀਂ ਪੀੜ੍ਹੀ ਦੇ। ਸੋ ਯੂ ਹੈਵ ਟੂ ਥਿੰਕ ਅਹੈਡ, ਵਾਈ ਡਜ਼ਨ ਇਕੱਲਾ ਇਕੱਲਾ ਗੁਰਦੁਆਰਾ ਅਪ੍ਰੈਂਟਿਸਸ਼ਿਪ ਕਰ ਰਹੇ ਨੌਜਵਾਨ ਕੁੜੀਆਂ ਮੁੰਡੇ ਗ੍ਰੰਥੀ ਬਣ ਲਈ, ਗਿਆਨੀ ਬਣ ਲਈ, ਐਂਡ ਥੈਂਕ ਦਮ ਅ ਗੁੱਡ ਵਾਈਜ, ਗਿਵ ਦਮ ਅ ਨੋਇਸ ਕਾਰ, ਉਹ ਵੀ ਉਹਦੀ ਵੀ ਚੰਗੀ ਰਿਹਾਇਸ਼ ਹੋਵੇ, ਉਹ ਵੀ ਕੋਈ ਲਿਵਿੰਗ ਸੈਲਰੀ ਹੋਵੇ, ਪਰ ਸਾਡੀ ਕੋਈ ਸੋਚ ਹੈ ਨਹੀਂ ਗੀ, ਅਸੀਂ ਕ੍ਰੀਏਟ ਨਹੀਂ ਕਰ ਰਹੇ ਇੱਦਾਂ ਦੀ ਗੱਲ। ਰਵੀ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਹੈ, ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਆਪਣੇ ਦਿਲ ਦੇ ਖੁੱਲ੍ਹ ਕੇ, ਬਹੁਤ ਸਾਰੇ ਵਿਚਾਰ ਅੱਜ ਇਸ ਗੱਲਬਾਤ ਦੇ ਵਿੱਚ ਮਹਿਸੂਸ ਹੋਇਆ ਕਿ ਇੱਕ ਜੀਵਨ ਕਿਵੇਂ ਬਦਲਦਾ ਅਤੇ ਬਦਲਣ ਦੇ ਵਿੱਚ ਜੋ ਰੱਬੀ ਬਖਸ਼ਿਸ਼ ਹੈ ਉਹਦੇ ਨਾਲ ਤੁਹਾਡੇ ਅੰਦਰ ਖਿੱਚ ਵੀ ਸੀ। ਸੋ ਅਖੀਰ ਦੇ ਵਿੱਚ ਆਪਣੇ ਸਮੂਹ ਸ਼ਬਦਾਂ ਨੂੰ ਸਮੇਟਦੇ ਹੋਏ ਕੀ ਸੁਨੇਹਾ ਦੇਣਾ ਚਾਹੋਗੇ? ਪਹਿਲਾਂ ਥੈਂਕ ਯੂ ਵਰਲਡ ਫਾਈਨੈਂਸ਼ੀਅਲ ਗਰੁੱਪ ਦਾ, ਜਿਹੜਾ ਭਾਈ ਮੇਰੇ ਖਿਆਲ ਸਿੰਘ ਇਟ ਇਜ਼ ਦਾ ਲਾਰਜੈਸਟ ਸਿੰਗਲ ਡੋਨੇਸ਼ਨ ਫਰੋਮ ਕੰਪਨੀ ਸਾਨੂੰ ਦੇ ਰਿਹਾ ਹੈ ਇਸ ਵੇਲੇ, ਅਤੇ ਥੈਂਕ ਯੂ ਸਾਰੀ ਸੰਗਤ ਦਾ ਕਨੇਡਾ, ਹੁਣ ਕਨੇਡਾ ਖਾਲਸਾ ਸਾਈਡ ਹੈਗੀ ਹੈ, ਇੱਥੇ ਕਾਫੀ ਡੋਨੇਸ਼ਨ ਆ ਰਿਹਾ ਹੈ ਕਨੇਡਾ ਖਾਲਸਾ ਸਾਈਡ ਨੂੰ, ਤੁਸੀਂ ਤਕੜੇ ਕਰੋ, ਤੁਹਾਡੇ ਨਾਲ ਖੜੇ ਹੋਵਾਂਗੇ। ਪਰ ਜੇ ਤੁਸੀਂ ਦੁਨੀਆ ਬਦਲਣੀ ਆ ਪਿਆਰ ਦੇ ਨਾਲ ਸੇਵਾ ਨਾਲ, ਇਹ ਨਹੀਂ ਭਾਈ ਇਰਾਕ 'ਤੇ ਜਾ ਕੇ ਸ਼ੁਰੂ ਹੁੰਦੀ, ਤੁਹਾਡੇ ਗੁਆਂਢ ਵਿੱਚ ਗਰੀਬੀ ਬਹੁਤ ਆ, ਇੱਥੇ ਲੰਗਰ ਸੇਵਾ ਦੀ ਹੋਮਲੈਸ ਸਿਚੁਏਸ਼ਨ ਬਹੁਤ ਪ੍ਰੋਬਲਮ, ਸੇਵਾ ਕਰੋ ਗੁਰਦੁਆਰਿਓ ਕਮਿਊਨਿਟੀ ਤੋਂ ਸ਼ੁਰੂ ਕਰੋ ਅਤੇ ਗਲੋਬਲ ਦੇਖੋ। ਸੋ ਬਹੁਤ ਧੰਨਵਾਦ ਜੀ ਤੁਹਾਡਾ ਰਵੀ ਸਿੰਘ ਜੀ। ਇਹ ਸਨ ਸਰਦਾਰ ਰਵੀ ਸਿੰਘ, ਖਾਲਸਾ ਏਡ ਦੀ ਸੰਸਥਾ ਦਾ ਜਿਸ ਤਰ੍ਹਾਂ ਗਠਨ ਹੋਇਆ ਖਾਲਸਾ ਸਾਜਨਾ ਦਿਹਾੜੇ 'ਤੇ 300 ਸਾਲਾਂ 'ਤੇ, ਉਸ ਤੋਂ ਲੈ ਕੇ ਹੁਣ ਤੱਕ 20 ਸਾਲਾਂ ਦਾ ਜੋ ਸਫ਼ਰ ਰਿਹਾ ਦੁਨੀਆ ਦੇ ਵੱਖ ਵੱਖ ਮੁਲਕਾਂ ਦੇ ਵਿੱਚ, ਜੋ ਜੋ ਇਹਨਾਂ ਨੇ ਕੀਤਾ ਬਚਪਨ ਤੋਂ ਲੈ ਕੇ ਹੁਣ ਤੱਕ ਜੀਵਨ 'ਚ ਜੋ ਬਦਲ ਆਇਆ ਅਤੇ ਇੱਕ ਐਡਾ ਇਨਕਲਾਬੀ ਬਦਲ ਆਇਆ ਕਿ ਅੱਜ ਉਹ ਸ਼ਖਸ ਜਿਹੜਾ ਹੈ ਦੁਨੀਆ ਦੇ ਵਿੱਚ ਸਰ 'ਤੇ ਕਫਨ ਬੰਦ ਕਰ, ਜਿੱਦਾਂ ਕਾਤਲ ਕੋ ਢੂੰਡ 'ਤੇ ਜਬ ਸੇ ਪਤਾ ਚਲਾ ਹੈ ਮਰਨੇ ਮੇਂ ਜ਼ਿੰਦਗੀ ਹੈ, ਆਪਣੀ ਜ਼ਿੰਦਗੀ ਜਿਸ ਤਰੀਕੇ ਨਾਲ
ਕੁਰਬਾਨ ਕਰਨ ਦੇ ਵਾਸਤੇ ਆਪ ਆਪਣੀ ਜੀਵਨ ਦੀ ਜਾਨ ਤਲੀ 'ਤੇ ਧਰ ਕੇ ਸੰਘਰਸ਼ ਕਰ ਰਹੇ ਨੇ। ਇਹੋ ਜਿਹੀਆਂ ਸੰਸਥਾਵਾਂ ਜਿਹੜੀਆਂ ਹਨ ਉਹਨਾਂ ਦੀ ਮਨੁੱਖੀ ਸੇਵਾ ਦੇ ਵਿੱਚ ਬੜੀ ਵੱਡੀ ਭੂਮਿਕਾ ਹੈ। ਸੋ ਕੈਨੇਡਾ ਦੀ ਧਰਤੀ 'ਤੇ ਇਹਨਾਂ ਨੂੰ ਜਿਹੜਾ ਇਹ ਸਹਿਯੋਗ ਮਿਲ ਰਿਹਾ ਵਰਲਡ ਫਾਈਨੈਂਸ਼ੀਅਲ ਗਰੁੱਪ ਵੱਲੋਂ 1 ਕਰੋੜ ਦੀ ਇਹ ਸੇਵਾ ਜਿਹੜੀ ਦਿੱਤੀ ਜਾ ਰਹੀ ਹੈ ਉਹ ਵੀ ਇੱਕ ਬੜੀ ਮਿਸਾਲ ਹੈ। ਅਤੇ ਇਸ ਦੇ ਨਾਲ ਸਾਡਾ ਸਾਰਿਆਂ ਦਾ ਫਰਜ਼ ਹੈ ਮਨੁੱਖਤਾ ਦੀ ਸੇਵਾ ਕਰਨਾ। ਆਪਣੇ ਗਮ ਕੋ ਘਰ ਸੇ ਦੂਰ ਲਿਜਾਣੇ ਸੇ ਅੱਛਾ ਹੈ ਘਰ ਕੀ ਬਿਖਰੀ ਹੋਈ ਚੀਜ਼ੋਂ ਕੋ ਸਜਾਇਆ ਜਾਏ। ਘਰ ਸੇ ਮਸਜਿਦ ਹੈ ਚਲੋ ਦੂਰ ਤੋ ਚਲੋ ਯੂੰ ਕਰ ਲੇ, ਘਰ ਸੇ ਮਸਜਿਦ ਹੈ ਦੂਰ ਤੋ ਚਲੋ ਯੂੰ ਕਰ ਲੇ, ਕਿਸੀ ਰੋਤੇ ਹੋਏ ਬੱਚੇ ਕੋ ਹੀ ਹਸਾਇਆ ਜਾਏ, ਕਿਸੀ ਰੋਤੇ ਹੋਏ ਬੱਚੇ ਕੋ ਹੀ ਹਸਾਇਆ ਜਾਏ। ਸੋ ਇਹੀ ਮਨੁੱਖਤਾ ਦੀ ਸੇਵਾ। ਸਮੂਹ ਦਰਸ਼ਕਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।